ਜਿਹੜੇ ਸਿੰਘਾਂ ਕੋਲੋਂ ਮੈਂ ਪ੍ਰਸ਼ਾਦਾ ਛੱਕ ਕੇ ਆਇਆ ਹੁਣ ਉਹਨਾਂ ਦਾ ਬਚਨ ਕਰਕੇ ਆਇਆ ਤੁਸੀਂ ਸਾਰੇ ਸੁਣੋ। ਛੋਟੇ ਛੋਟੇ ਹੁੰਦੇ ਇੱਕ ਐਨਕ ਦਾ ਸ਼ੀਸ਼ਾ ਫੜਦੇ ਸਨ, ਚਿੱਤ ਆ ਗਿਆ ਉਸ ਐਨਕ ਦੇ ਸ਼ੀਸ਼ੇ ਨੂੰ ਸੂਰਜ ਵੱਲ ਕਰਕੇ ਅਤੇ ਪੇਪਰ ਦੇ ਉੱਤੇ ਕੁਛ ਕਰਦੇ ਸਨ, ਚਿੱਤ ਆ ਗਿਆ ਜੀ ਕਿਹਨੂੰ ਕਿਹਨੂੰ ਆ ਗਿਆ, ਹੱਥ ਖੜਾ ਕਰੋ। ਅੱਛਾ, ਫੋਕਸ ਸਾਰਾ ਹੀ ਸੂਰਜ ਦੀ ਰੋਸ਼ਨੀ ਦਾ ਸ਼ੀਸ਼ੇ ਦੇ ਵਿੱਚ ਆ ਜਾਂਦਾ ਸੀ ਅਤੇ ਇੱਕ ਮਿੰਟ 'ਚ ਅੱਗੇ ਪਏ ਕਾਗਜ਼ ਨੂੰ ਅੱਗ ਲੱਗ ਜਾਂਦੀ, ਸੜ ਜਾਂਦਾ ਸੀ। ਤੁਸੀਂ ਵੀ ਕਿਸੇ ਕਿਤੇ ਫੋਕਸ ਹੋ ਜਾਓ,
ਹੁੰਦੇ ਨਹੀਂ, ਹੁੰਦੇ ਨਹੀਂ। ਆਖੋ ਵਾਹਿਗੁਰੂ। ਜਦੋਂ ਫੋਕਸ ਹੋ ਜਾਓਗੇ, ਥਈ ਦੀਆਂ ਥਈਆਂ ਬੈਠਾ ਕੱਢ ਬਈ, ਉਹ ਜਿਹੜੀਆਂ ਬਹੀਆਂ ਨੇ ਨਾ ਲਿਖੀਆਂ ਤੁਹਾਡੇ ਅਤੇ ਮੇਰੇ ਲੇਖੇ ਦੀਆਂ, ਇੱਕ ਛੇ ਨਹੀਂ ਲੱਗਣਾ ਹੈ। ਪਤਾ ਲੱਗਾ ਕਿ ਵੈਸੇ ਵਾਹਿਗੁਰੂ ਜਿੱਦਾਂ ਸੂਰਜ ਦੀ ਰੋਸ਼ਨੀ ਇੱਕ ਜਗ੍ਹਾ 'ਤੇ ਫੋਕਸ ਹੋ ਗਈ ਅਤੇ ਸਾਹਮਣੇ ਪਏ, ਬੰਦ ਕਰਾ ਦੇ, ਸਾਹਮਣੇ ਪਏ ਕਾਗਜ਼ ਨੂੰ, ਤੁਹਾਡੇ ਅਤੇ ਮੇਰੇ ਲੇਖਿਆਂ ਨੂੰ ਵੀ ਅੱਗ ਲੱਗ ਸਕਦੀ। ਪਤਾ ਲੱਗਾ ਜੇ ਗੁਰਦਾਸਪੁਰ, ਪਤਾ ਲੱਗਾ ਤੁਹਾਡੇ ਅਤੇ ਮੇਰੇ ਲੇਖਿਆਂ ਨੂੰ, ਤੁਸੀਂ ਅਤੇ ਮੈਂ ਨਾ ਕੀਰਤਨ ਸੁਣਦੇ, ਨਾ ਕਥਾ ਸੁਣਦੇ, ਨਾ ਜਪਦੇ, ਫੋਕਸ ਨਹੀਂ ਹੁੰਦੇ। ਜਿੰਨਾ ਘਰ ਮੈਂ ਰੋਟੀ ਖਾ ਕੇ ਮੈਂ ਉਹਨਾਂ ਨੂੰ ਪੁੱਛਿਆ ਸੀ, ਸੁਣਿਓ ਜੀ, ਸੁਣਿਓ ਗੁਰਸਿੱਖੋ, ਆਪਾਂ ਪਰਿਵਾਰ ਬੈਠੇ ਹਾਂ, ਸੋਹਣੇ ਬਿਲਕੁਲ ਇੱਕ ਰਸ, ਇੱਕ ਪਿਓ ਦੀ ਔਲਾਦ ਬਣ ਕੇ ਬੈਠੇ। ਮੈਂ ਉਸ ਬੱਚੀ ਨੂੰ ਪੁੱਛਿਆ ਜਿਹੜੀ ਮੈਨੂੰ ਪ੍ਰਸ਼ਾਦਾ ਸ਼ਿਕਾਰੀ, ਪੁੱਤ ਕਦੀ ਇਕਾਗਰ ਹੋਈ ਹੈ, ਕਦੀ ਇਕਾਗਰ ਹੋਈ ਹੈ? ਉਹ ਕਹਿੰਦੀ ਕੀ ਹੁੰਦਾ ਇਕਾਗਰ? ਕਰ ਦਿੰਦੇ ਕੋਈ ਨਹੀਂ, ਪਿੱਛੋਂ ਆਵਾਜ਼ ਆਉਂਦੀ, ਆਵਾਜ਼ ਨਹੀਂ ਆ ਰਹੀ। ਮੈਂ ਪੁੱਛਿਆ ਕਦੀ, ਤੁਸੀਂ ਸੁਣ ਰਹੇ ਹੋ ਜੀ, ਮੈਂ ਪੁੱਛਿਆ ਕਦੀ ਇਕਾਗਰ ਹੋਏ ਹੋ? ਕਹਿੰਦੀ ਕੀ ਹੁੰਦਾ ਇਕਾਗਰ? ਜਦੋਂ ਸਾਨੂੰ ਇਕਾਗਰ ਸ਼ਬਦ ਦਾ ਹੀ ਨਹੀਂ ਅਜੇ ਪਤਾ। ਕਿੰਨੀ ਵਾਰ ਸ੍ਰੀ ਸੁਖਮਨੀ ਸਾਹਿਬ 'ਚ ਆਪ ਜੀ ਨੇ ਪੜ੍ਹਿਆ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਮੇਰੇ ਸੰਤ ਮਿੱਤਰੋ ਪਰਮੇਸ਼ੁਰ ਦੀ ਉਸਤਤ ਕਰਿਆ ਕਰੋ, ਮਗਰ ਉਹਦੇ ਨਾਲ ਇੱਕ ਸ਼ਰਤ ਰੱਖੀ। ਕੀ? ਸਾਵਧਾਨ। ਕਦੀ ਸੋਚਿਆ ਜੇ ਇਸ ਗੱਲ ਬਾਰੇ ਵੀ ਸਾਵਧਾਨ ਵੀ ਹੋਣਾ ਹੈ ਅਤੇ ਇਕਾਗਰ ਵੀ ਹੋਣਾ? ਫਿਰ ਰੋਜ਼ ਦੀਵਾਨ ਲੱਗਦੇ ਨੇ, ਰੋਜ਼ ਕਥਾ ਹੁੰਦੀ, ਰੋਜ਼ ਕੀਰਤਨ ਹੁੰਦਾ। ਜਿਹੜੇ ਸਿੰਘ ਇੱਥੇ ਬੋਲਣ ਡਏ ਸੀ ਉਹਨਾਂ ਨੇ ਬੋਲਿਆ ਕਲਯੁਗ ਮੈਂ ਕੀਰਤਨ ਪ੍ਰਧਾਨ, ਮਗਰ ਅੱਗੇ ਇੱਕ ਹੋਰ ਬਚਨ ਬੋਲਿਆ, ਕੀਰਤਨ ਪ੍ਰਧਾਨ ਤੋਂ ਅੱਗੇ ਇੱਕ ਬਚਨ ਬੋਲਿਆ, ਤੁਕ ਬੋਲੀ ਗੁਰਮੁਖ ਜਪੀਏ ਲਾਏ ਧਿਆਨ। ਕਦੀ ਲਾਇਆ ਜੇ? ਤੁਹਾਡੀ ਅਤੇ ਮੇਰੀ ਤਬਾਹੀ ਦਾ ਇੱਕੋ ਹੀ ਇੱਕ ਕਾਰਨ ਹੈ, ਤੁਸੀਂ ਫੋਕਸ ਨਹੀਂ ਹੁੰਦੇ ਸ਼ਬਦ ਉੱਤੇ। ਆਉਂ ਕਰੋ ਕਿਰਪਾ ਜਲਾ, ਥੋੜ੍ਹਾ ਜਿਹਾ ਗੋਡਿਆਂ 'ਤੇ ਹੱਥ ਰੱਖੋ, ਜਿਹੜੇ ਸ਼ਬਦ ਨੂੰ ਮੂੰਹ ਤੋਂ ਬੋਲਦੇ ਉਹਨੂੰ ਕੰਨਾਂ 'ਤੇ ਸੁਣ ਕੇ ਵੇਖੋ, ਭੱਜੋ ਨਾ। ਜਿਹੜੇ ਸ਼ਬਦ ਨੂੰ ਮੂੰਹ ਤੋਂ ਬੋਲਿਆ ਉਹਨੂੰ ਕੰਨਾਂ ਤੋਂ ਸੁਣ ਕੇ ਵੇਖੋ, 2 ਮਿੰਟ 'ਚ ਕ੍ਰਾਂਤੀ ਆ ਜਾਊ, 2 ਮਿੰਟ 'ਚ ਜ਼ਿੰਦਗੀ ਬਦਲ ਜਾਊ। ਬਹੁਤ ਹੀ ਨਹੀਂ, ਇੱਕ ਚਿੱਤ ਜੇ ਇੱਕ ਛਿਨ 'ਤੇ ਆਇਆ, ਉਹ ਇੱਕ ਚਿੱਤ ਕਿਤੇ ਕਰ ਲਓ, ਆ ਜਾਓ। ਵਾਹਿਗੁਰੂ 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 ਵਾਹਿਗੁਰੂ
ਗਿਆਨ ਆ ਗਿਆ ਨਾ ਕਾਬੂ। ਗੁਰਮੁਖ ਜਪੀਏ ਲਾਏ ਧਿਆਨ ਅੱਗੇ ਕੁਛ ਹੋਰ ਲਿਖਿਆ। ਇੱਥੋਂ ਵੀ ਸਾਡਾ ਕੋਲ ਰਿਜ਼ਲਟ ਏਡਾ, ਇਹ ਮੇਰੇ ਬੜੇ ਸਤਿਕਾਰਯੋਗ ਨੇ ਭਾਈ ਸ਼ਕੀਨ ਸਿੰਘ ਸਾਹਿਬ। ਮੈਂ ਇਹਨਾਂ ਤੋਂ ਇੱਕ ਵਾਰ ਬਾਰਡਰ ਦੇ ਉੱਤੇ ਪਿੰਡ ਵਿੱਚ ਬਸੰਤ ਰਾਗ ਸੁਣਿਆ ਸੀ, ਉਹ ਮੇਰੀਆਂ ਯਾਦਾਂ ਵਿੱਚ ਘੁਲ ਗਿਆ। ਇੰਨਾ ਸੋਹਣਾ ਬਸੰਤ ਰਾਗ ਗਾਇਆ ਸੀ ਇਹਨਾਂ, ਮਗਰ ਜੋ ਮੈਂ ਕਹਿਣ ਲੱਗਾ ਤੁਸੀਂ ਵੀ ਕੀਰਤਨੀ ਹੈ। ਜਿਹੜੀ ਅਗਲੀ ਤੋਕਾ ਉਹ ਰਿਜ਼ਲਟ ਕੁਝ ਹੋਰ ਦੱਸਦੀ। ਕੀਰਤਨ ਕਰਨ ਵਾਲਾ, ਕੀਰਤਨ ਸੁਣਨ ਵਾਲਾ, ਕਥਾ ਕਰਨ ਵਾਲਾ, ਕਥਾ ਸੁਣਨ ਵਾਲਾ, ਸੁਣ ਰਹੇ ਹੋ? ਹਾਂਜੀ ਹਾਂਜੀ ਹਾਂਜੀ, ਆ ਰਹੀ ਨਾ ਆਵਾਜ਼ ਹੁਣ ਤੇ ਸਾਰਿਆਂ ਨੂੰ? ਆਪ ਤਰੇ ਇਤਨਾ ਹੀ ਲਿਖਿਆ ਜੀ, ਬੋਲ ਭੈਣ ਗੁਰਦਾਸਪੁਰ ਵਾਲੀ, ਇਤਨਾ ਹੀ ਲਿਖਿਆ ਕੀ ਕੀਰਤਨ ਕਰਨ ਵਾਲਾ, ਕਥਾ ਕਰਨ ਵਾਲਾ, ਕੀਰਤਨ ਸੁਣਨ ਵਾਲਾ, ਕਥਾ ਸੁਣਨ ਵਾਲਾ ਕੀ ਕਰਦਾ ਹੈ? ਆਪ ਤਰੇ ਸਗਲੇ, ਨਹੀਂ ਅਗਲੇ ਖਲੋ ਜੋ ਵਾਲੀ, ਅਗਲੇ ਖਲੋ ਜੋ, ਆਪ ਤਰਦਾ ਹੈ, ਉਹਦੀ ਸੁਰਤ ਮੋਹ ਮਾਇਆ ਚੋਂ ਤਾਂ ਉੱਠਦੀ, ਇਹ ਰਿਜ਼ਲਟ ਆ। ਤੁਹਾਨੂੰ ਆਵਾਜ਼ ਆ ਰਹੀ ਜੀ ਵੀਰੋ? ਇਹ ਰਿਜ਼ਲਟ ਆ ਉਸ ਗੱਲ ਦਾ, ਕੀਰਤਨ ਕਰਨ ਦਾ ਅਤੇ ਕੀਰਤਨ ਸੁਣਨ ਦਾ। ਮੈਂ ਜਦੋਂ ਸਮੁੱਚੇ ਆਪਣੇ ਭਾਈਚਾਰੇ ਨੂੰ ਵੇਖਣਾ, ਕੀਰਤਨੀਆਂ ਨੂੰ, ਕਥਾ ਵਾਚਕਾਂ ਨੂੰ, ਵੇਖੋ ਸੋਚਣਾ ਤਾਂ ਪੈਣਾ ਹੈ ਤੁਹਾਨੂੰ ਅਤੇ ਮੈਨੂੰ। ਨਾ ਤਾਂ ਕੀਰਤਨੀਏ ਦੇ ਬੱਚੇ ਨੇ ਤਨੇਮ ਕਰਦੇ, ਨਾ ਕਥਾ ਵਾਚਕ ਦੇ ਬੱਚੇ ਨੇ ਤਨੇਮ ਕਰਦੇ। ਆਖੋ ਉਹ ਜਿਹੜਾ ਧਿਆਨ ਸ਼ਬਦ ਸੀ ਨਾ, ਗੁਰਮੁਖ ਜਪੀਏ ਲਾਏ ਧਿਆਨ, ਇਸ ਤਰ੍ਹਾਂ ਲੱਗਦਾ ਹੈ ਵੀ ਅਸੀਂ ਨਾ ਤਾਂ ਕੀਰਤਨ ਧਿਆਨ ਨਾਲ ਕੀਤਾ ਹੈ ਅਤੇ ਨਾ ਕਥਾ ਧਿਆਨ ਨਾਲ ਕੀਤੀ। ਜਿੱਦਣ ਕੋਈ ਧਰਮ ਦਾ ਕੰਮ ਧੰਦਾ ਬਣਦਾ ਹੈ ਨਾ, ਉਹਦਾ ਰਿਜ਼ਲਟ ਕੁਛ ਨਹੀਂ ਨਿਕਲਦਾ। ਧਰਮ ਦਾ ਕੰਮ ਕੀ ਬਣਦਾ? ਧੰਦਾ। ਧੰਦਾ ਬਣ ਜੇ, ਕਥਾ ਧੰਦਾ ਨਹੀਂ ਗੀ, ਕੀਰਤਨ ਧੰਦਾ ਨਹੀਂ ਗਾ, ਕੀਰਤਨ ਸਿਮਰਨ ਹੈ। ਆਖੋ ਵਾਹਿਗੁਰੂ, ਵਾਹਿਗੁਰੂ। ਕੀਰਤਨ ਅਤੇ ਕਥਾ ਸਿਮਰਨ ਹੈ।
ਜੇ ਤੁਹਾਡਾ ਸਿਮਰਨ ਕਰਕੇ ਮੈਂ ਭਲਾ ਚਾਹੁੰਦਾ ਵੀ ਜਿਹੜੇ ਲੋਕ ਆਣ ਕੇ ਸੰਗਤ 'ਚ ਕੀਰਤਨ ਕਰਦੇ ਸਿਮਰਨ ਕਰਦੇ ਇਹਨਾਂ ਦਾ ਭਲਾ ਹੋਵੇ, ਤਾਂ ਮੈਂ ਥੋੜ੍ਹੀ ਜਿਹੀ ਲਾਈਟ ਆਪਣੇ 'ਤੇ ਵੀ ਮਾਰਨੀ ਆ ਵੀ ਮੇਰੇ ਤਿੰਨ ਬੱਚੇ ਨੇ ਨਿਤਨੇਮ ਕਰਦੇ ਕਿ ਨਹੀਂ, ਆਖੋ ਵਾਹਿਗੁਰੂ ਵਾਹਿਗੁਰੂ। ਮੈਂ ਕਿਸੇ ਕੀਰਤਨੀਆਂ ਦੇ ਘਰ ਪ੍ਰਸ਼ਾਦੇ 'ਤੇ ਮੈਨੂੰ ਉਹਨੇ ਸੱਦ ਲਿਆ ਤੂੰ ਨਾਲ ਸੈਂ ਕਮਲਜੀਤ ਸਿੰਘ, ਬੀਬੀ ਰਾਣੀ ਨੇ ਕੇਸ ਕਾਲੇ ਕੀਤੇ, ਪੰਚ ਦਾ ਬਣਨਾ ਕੀ ਆ, ਤੁਸੀਂ ਰੋਂਦੇ ਕਿਉਂ ਜੇ, ਰੋਂਦੇ ਕਿਉਂ ਜੇ, ਹਾਏ ਪੰਥ ਡੁੱਬ ਗਿਆ, ਪੰਥ ਨੂੰ RSS ਨੇ ਮਾਰਤਾ, ਪੰਥ ਨੂੰ ਸਾਈਆਂ ਨੇ ਮਾਰਤਾ, ਆਪਣੇ ਵੱਲ ਨਹੀਂ ਕਦੀ ਵੇਖਿਆ। ਬੀਬੀ ਰਾਣੀ ਨੇ ਕੇਸ ਕਾਲੇ ਕੀਤੇ, ਤਾਜੀ ਤਾਜੀ ਗਾੜੀ ਨੌ ਪਾਲ ਛਲਾਈ, ਆਖੋ ਵਾਹਿਗੁਰੂ। ਬੱਚੇ ਨੇ ਦਾੜੇ ਨੂੰ ਛੇੜਿਆ, ਮੈਂ ਪੁੱਛਿਆ, ਮੈਂ ਕਿਹਾ ਪ੍ਰਸ਼ਾਦਾ ਛਕਾਂਗੇ, ਜ਼ਰੂਰ ਛਕਾਂਗੇ, ਤੁਸੀਂ ਮੈਨੂੰ ਪ੍ਰੇਮ ਨਾਲ ਲਿਆਇਓ। ਮੇਰੇ ਇਹਦੇ ਤੋਂ ਵੱਡੇ ਭਾਅ ਕੀ ਵੀ ਗੁਰੂ ਰਾਮਦਾਸ ਦਾ ਕੀਰਤਨੀ ਆ, ਇੱਕ ਕੁੱਕਰ ਨੂੰ ਕੁੱਤੇ ਨੂੰ ਪ੍ਰਸ਼ਾਦਾ ਕਿਹਾ, ਪਰ ਮੈਨੂੰ ਇਹ ਦੱਸੋ ਵੀ ਤੁਸੀਂ ਕਦੀ ਬੱਚਿਆਂ ਨਾਲ ਬਹਿ ਕੇ ਇੱਕ ਘੰਟਾ ਵਾਰਤਾਲਾਪ ਨਹੀਂ ਕੀਤੀ, ਘਰ ਵਾਲੀ ਨੂੰ ਕਦੀ ਨਹੀਂ ਕਿਹਾ ਭਗਵਾਨ ਨੇ ਤੂੰ ਗੁਰੂ ਰਾਮਦਾਸ ਦੇ ਕੀਰਤਨੀਏ ਦੇ ਕਰਦੀ ਹੈ, ਆਪਣੇ ਪੁੱਤ ਨੂੰ ਕਦੀ ਗੱਲ ਨਾ ਲਾ ਕੇ ਨਹੀਂ ਕਿਹਾ, ਪੁੱਤਰਾ ਇਹ ਜਿਹੜੀ ਤੇਰੀ ਐਸ਼ੋ ਅਰਸਤ ਆ ਨਾ, ਤੇਰੇ ਕੋਲ ਕਾਰਾਂ, ਤੇਰੇ ਕੋਲ ਗੱਡੀਆਂ, ਤੇਰੇ ਕੋਲ ਕੋਟੀਆਂ, ਇਹ ਗੁਰੂ ਰਾਮਦਾਸ ਦੀਆਂ ਦਿੱਤੀਆਂ ਨੇ, ਤੇਰੇ ਪਿਓ ਨੇ ਹਲ ਨਹੀਂ ਵਾਹੇ, ਤੇਰੇ ਪਿਓ ਨੇ ਰਕਸ਼ਾ ਨਹੀਂ ਵਾਹਿਆ, ਆਖੋ ਵਾਹਿਗੁਰੂ, ਤੇਰੇ ਪਿਓ ਨੇ ਕੋਈ ਬਿਜ਼ਨਸ ਨਹੀਂ ਕੀਤਾ, ਤੇਰੇ ਪਿਓ ਨੂੰ ਬੈਠੇ ਨੂੰ ਇੱਕ ਘੰਟੇ ਦਾ 31,000 ਰੁਪਈਆ ਮਿਲਦਾ, ਇੱਕ ਘੰਟੇ ਦਾ 31,000, ਕਿਸੇ ਨੂੰ 52 ਵੀ ਮਿਲਦਾ, ਕੋਈ ਲੱਖ ਵਾਲੇ ਵੀ ਬੈਠੇ, ਆਖੋ ਵਾਹਿਗੁਰੂ। ਤੇ ਮੈਂ ਕਿਹਾ ਤੁਸੀਂ ਕਦੀ ਤੁਹਾਡੇ ਵਾਲਾ ਨਾਂ ਸੀ, ਆਖੋ ਵਾਹਿਗੁਰੂ। ਮੈਂ ਕਿਹਾ ਤੁਸੀਂ ਕਦੀ ਨਹੀਂ ਪੁੱਛਿਆ ਗੱਲ ਨਾ ਲੱਗ ਕੇ, ਤੂੰ ਆਪਣੇ ਘਰ ਦੀ ਨੂੰ ਨਹੀਂ ਕਦੀ ਪੁੱਛਿਆ, ਕਹਿੰਦਾ ਕੀ ਕਰੀਏ ਜੀ ਆਖੇ ਨਹੀਂ ਲੱਗਦੇ। ਮੇਰਾ ਜਵਾਬ ਸੀ ਤੂੰ ਗੁਰੂ ਰਾਮਦਾਸ ਦੇ ਆਖੇ ਨਹੀਂ ਲੱਗਿਆ ਹੋਣਾ ਤਾਂ ਤੇਰੀ ਔਲਾਦ ਤੇਰੇ ਆਖੇ ਨਹੀਂ ਲੱਗਦੇ, ਬਸ ਇਹ ਨਹੀਂ ਗੱਲ। ਕੀਰਤਨ ਕੀਤਾ ਭਾਈ ਸਾਹਿਬ ਨੇ ਤੇ ਥਾਲ ਵਿੱਚ ਤਿੰਨ ਵਸਤੂ ਇਹ ਸ਼ਬਦ ਪੜਿਆ। ਮੈਂ ਤੁਹਾਨੂੰ ਪੁੱਛਦਾ ਜਿਨ੍ਹਾਂ ਜਿਨ੍ਹਾਂ ਤੇ ਬਹੁਤ ਵਾਰ ਸਾਹਮਣੇ ਵਿਕੇ ਬਚਨ ਸੁਣੇ ਨੇ ਉਹ ਦੱਸ ਦੇਣਗੇ, ਤਿੰਨ ਵਸਤੂ ਕਿਹੜੀ ਕਿਹੜੀ, ਤਿੰਨੇ ਹੀ ਨੇ, ਆਖੋ ਵਾਹਿਗੁਰੂ, ਹੋਰ ਤੇ ਨਹੀਂ ਜੋੜੋਗੇ ਕੁਛ। ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰੋਸਿਆ ਭੋਜਨ ਹੈ, ਪਰੋਸਿਆ ਭੋਜਨ, ਤੇ ਪਰੋਸੇ ਭੋਜਨ ਵਿੱਚ ਜਿਹੜੀਆਂ ਖਾਣ ਵਾਲੀਆਂ, ਜੇ ਕੋਈ ਤੁਸੀਂ ਰੋਟੀ ਖਾਓ, ਗੋਭੀ ਪਈ ਹੁੰਦੀ ਆ, ਦਹੀਂ ਪਿਆ ਹੁੰਦਾ ਹੈ, ਸਾਗ ਪਿਆ ਹੁੰਦਾ ਹੈ, ਤਿੰਨ ਵਸਤੂ ਪਈਆਂ ਹੋਣ, ਕੋਈ ਤਿੰਨ ਸਬਜ਼ੀਆਂ ਰੋਟੀ ਸਮੇਤ, ਅਤੇ ਤੁਸੀਂ ਉਹਨੂੰ ਖਾਂਦੇ ਹੋ, ਉਹ ਅੰਦਰ ਜਾ ਕੇ ਖੂਨ ਬਣਦਾ ਹੈ, ਨਾੜਾਂ ਤੱਕ ਪਹੁੰਚਦਾ, ਤੁਹਾਡੀ ਜ਼ਿੰਦਗੀ ਬਣਦੀ, ਅੱਖ ਵਾਹਿਗੁਰੂ। ਉਹ ਸੱਤ ਹੈ, ਜੇ ਬੁਰਕੀ ਖਾਧੀ ਤੁਸੀਂ ਸਵੇਰੇ, ਕਿਸੇ ਨੇ ਮੂਲੀ ਵਾਲਾ ਪਰੌਂਠਾ ਖਾਧਾ, ਸੁਣ ਰਹੇ ਹੋ ਪੁੱਤ, ਸੁਸਤ ਨਹੀਂ ਹੋਈ, ਮੂਲੀ ਵਾਲਾ ਪਰੌਂਠਾ ਖਾਂਦਾ ਸਾਰਾ ਦਿਨ ਉਹਦੇ ਮੂੰਹ 'ਚੋਂ ਮੂਲੀ ਦੀ ਸਮੈਲ ਆਉਂਦੀ, ਮੇਥੀ ਵਾਲਾ ਖਾਧਾ ਹੈ ਤੇ ਮੇਥੀ ਦੀ ਸਮੈਲ ਆਉਂਦੀ, ਕੀ ਤੁਹਾਡੇ ਤੇ ਮੇਰੇ ਮੂੰਹ 'ਚੋਂ ਸੱਚ ਦੀ ਸਮੈਲ ਆਉਂਦੀ, ਜੇ ਅਸੀਂ ਸੱਚ ਦੀ ਬੁਰਕੀ ਤੋੜੀ ਆ ਉਹਦੇ ਵਿੱਚੋਂ। ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਭੋਜਨ ਖਾਣ ਵਾਲੇ ਨੇ ਸੱਚ ਖਾਧਾ ਹੈ, ਪਤਾ ਲੱਗਾ ਜੀ, ਜੇ ਬੁਰਕੀ ਸੱਚ ਦੀ ਤੋੜੀ ਆ ਮੂੰਹ 'ਚ ਪਾਈ ਆ ਤੇ
ਤੁਸੀਂ ਆਪਣੇ ਕਰਦਾਰ ਵੱਲ ਵੇਖੋ ਮੇਰੇ ਭੈਣ ਭਰਾ, ਵੀ ਕੀ ਕਿਸੇ ਨੇ ਮਹਿਸੂਸ ਕੀਤਾ ਹੈ ਵੀ ਇਹਨੇ ਸਵੇਰ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸੱਚ ਖਾਧਾ ਹੈ ਅਤੇ ਇਹਦੀ ਸਮੈਲ ਵਿੱਚੋਂ ਪਤਾ ਲੱਗ ਰਿਹਾ ਵੀ ਇਹਨੇ ਸੱਚ ਬੋਲੋ ਖਾਧਾ ਸੀ ਅਤੇ ਇਹਦੇ ਬੋਲਾਂ 'ਚੋਂ, ਇਹਦੇ ਵਿਹਾਰ 'ਚੋਂ, ਇਹਦੇ ਕਰਦਾਰ 'ਚੋਂ ਕੀ ਦਿਸਦਾ? ਸੱਚ ਦਿਸਦਾ। ਹੁਣ ਦੂਸਰੀ ਬੁਰਕੀ ਸੰਤੋਖ ਦੀ, ਕਦੀ ਆਇਆ ਸੰਤੋਖ ਸਾਨੂੰ? ਮੈਂ ਰਸਤੇ ਵਿੱਚ ਸੋਚਦਾ ਹੁੰਦਾ ਹਾਂ ਤੁਹਾਡੇ ਬੱਬੇ ਵਾਲੀ ਵਾਲੇ MLA ਦੀ ਬਾਰੇ, ਸੁੱਚਾ ਸਿੰਘ ਲੰਗਾਹ ਬਾਰੇ, ਮਨ ਦੇ ਵਿੱਚ ਹੀ ਗੱਡੀ ਤਬਾਹੀ ਆਪਣੀ ਦੀ ਕਹਾਣੀ ਕਰਦਾ ਹੁੰਦਾ ਸਾਂ। ਇਹਨਾਂ ਲੋਕਾਂ ਦੇ ਹੁੰਦਿਆਂ ਮੇਰਾ ਪੰਥ ਡੁੱਬਾ ਹੈ, ਵਾਹਿਗੁਰੂ ਮੇਰੇ ਪੰਥ ਦੀ ਤਬਾਹੀ ਹੋਈ। ਇਹਨਾਂ ਨੇ ਕਦੀ ਨਹੀਂ ਸੋਚਿਆ ਪੰਥ ਬਾਰੇ, ਆਖੋ ਵਾਹਿਗੁਰੂ। ਇਹਨਾਂ ਨੇ ਕਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸੱਚ ਨਹੀਂ ਖਾਧਾ, ਇਹਨਾਂ ਕਦੀ ਸੰਤੋਖ ਨਹੀਂ ਖਾਧਾ। ਜਿਹੜੀ ਪ੍ਰੋਪਰਟੀ ਆਉਂਦੀ ਇੱਥੋਂ ਤੱਕ ਮੇਰੇ ਗੁਰੂ ਨਾਨਕ ਦੀ ਗੋਲਕ ਵੀ ਮੇਰੇ ਘਰ 'ਚ ਆ ਜਾਏ, ਫਿਰ ਰਿਜ਼ਲਟ ਕੀ ਨਿਕਲਿਆ? ਚਾਰ ਚੁਫੇਰੇ ਤੁਸੀਂ ਅੱਜ ਰੋ ਰਹੇ ਹੋ। ਜਿਹੜਾ ਪੈਸਾ ਕਦੀ ਤੁਹਾਡੇ ਗਰੀਬ ਸਿੱਖਾਂ 'ਤੇ ਲੱਗਣਾ ਸੀ, ਆਹ ਬਲਜੀਤ ਸਿੰਘ ਮੇਰੇ ਨਾਲ ਸੀ, ਉਹਨਾਂ ਮੈਨੂੰ ਐਡਾ ਲਿਫਾਫਾ 100 ਰੁਪਈਆਂ ਦਾ ਭਰ ਕੇ ਦਿੱਤਾ ਸੀ, ਜਿਨ੍ਹਾਂ ਦੇ ਮੈਂ ਕਰ ਗਿਆ, ਸੌਖੇ ਹੋਣਗੇ ਰੋਟੀ ਖਾਂਦੇ। ਆਖੋ ਵਾਹਿਗੁਰੂ। ਮੈਂ ਉਹਨਾਂ ਨੂੰ ਕਹਿ ਕੇ ਆਇਆ, ਭੈਣ ਤੇਰੀ ਗਲੀ 'ਚ ਤੁਰਿਆ ਜਾਂਦਾ ਕੋਈ ਉਹ ਬੰਦਾ ਜਿਹਦੇ ਕੋਲ ਕੱਪੜਾ ਨਹੀਂ, ਮੈਨੂੰ ਕਿਉਂ ਦੇਣੀ? ਮੇਰੇ ਕੋਲ ਤਾਂ ਅੱਗੇ ਹੀ ਨਹੀਂ ਮੁੱਕਦੇ। ਆਖੋ ਵਾਹਿਗੁਰੂ। ਰੱਜਣਾ ਹੈ ਤੇ ਇੱਕ ਪੈਸੇ 'ਚ ਵੀ ਰੱਜ ਜਾਣਾ ਹੈ, ਨਹੀਂ ਰੱਜਣਾ ਤੇ ਬਿਨਾਂ ਸੰਤੋਖ ਨਹੀਂ ਕੋ ਰਾਜ। ਜੇ ਸੰਤੋਖ ਨਹੀਂ ਤੇ ਭਾਵੇਂ ਅਰਬਾਂ ਪਤੀ ਹੋ ਤੁਸੀਂ, ਫਿਰ ਵੀ ਭੁੱਕੇ ਹੋ। ਤੇ ਮੈਂ ਉਹਨੂੰ ਕਹਿ ਕੇ ਆਇਆ, ਸੁਣਿਓ ਧਿਆਨ, ਵੀ ਤੇਰੀ ਗਲੀ 'ਚੋਂ ਦੀ ਕੋਈ ਉਹ ਬੰਦਾ ਨੰਗੇ ਜਿਹਦੇ ਕੋਲ ਕੱਪੜਾ ਨਹੀਂ, ਇਹਨਾਂ ਪੈਸਿਆਂ ਦਾ ਉਹਨੂੰ ਨਹੀਂ ਜੀ ਤੁਹਾਨੂੰ ਦੇਣੇ, ਆਹ ਤੁਹਾਡੀ ਜਿੱਦ ਮਾਰੂਗੀ। ਜਦੋਂ ਤੁਸੀਂ ਗਰੀਬ ਦੀ ਬਾਂਹ ਨਹੀਂ ਫੜੋਗੇ ਤੇ ਉਹ ਅਸਾਈ ਬਣਨਗੇ, ਤੁਸੀਂ ਭੁੱਖੇ ਨੂੰ ਰੋਟੀ ਨਹੀਂ ਦਿਓਗੇ ਉਹ ਅਸਾਈ ਬਣਨਗੇ, ਉਹ ਪਤਾ ਨਹੀਂ ਕੀ ਕੁਝ ਬਣ ਜਾਣ ਅਜੇ ਆਉਣ ਵਾਲੇ ਦਿਨਾਂ 'ਚ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਇਹਦੇ ਵਿੱਚੋਂ ਪਹਿਲੀ ਬੁਰਕੀ ਸੱਤ, ਦੂਸਰੀ ਬੋਲੋ ਨਾ ਤੇ ਤੀਸਰੀ ਤਾਂ ਉੱਤੇ ਬਿਲਕੁਲ ਹੀ ਭੁੱਖਾ ਹੈ ਨਾ ਪੰਥ। ਸੱਚ ਬੋਲਣ ਵਾਲੇ ਵੀ ਕਦੀ ਲੱਭ ਜਾਣ, ਸੰਤੋਖੀ ਵੀ ਕਦੀ, ਵਿਚਾਰਵਾਨ ਨਹੀਂ ਮਿਲਦੇ, ਵਿਚਾਰਵਾਨ ਨਹੀਂ ਮਿਲਦੇ। ਆ ਮੇਰੇ ਵੀਰ ਬੈਠੇ ਸ਼ਕੀਨ ਸੋਹਣੀ, ਦਵਿੰਦਰ ਸੋਹਣੀ, ਜਦੋਂ ਕੀਰਤਨੀ ਆ ਕੀਰਤਨ ਕਰਦਾ ਹੈ ਸ਼ਕੀਨ ਸੋਹਣ ਜੀ, ਜਿਹੜੇ ਪ੍ਰਮਾਣ ਲਾਉਂਦੇ ਨੇ ਹਰਿਮੰਦਰ ਸਾਹਿਬ ਦੇ ਅੰਦਰ, ਬਾਣੀ ਕੁਝ ਕਹਿ ਰਹੀ ਆ, ਪ੍ਰਮਾਣ ਕਿਤੇ ਦੇ ਕਿਤੇ ਲਾਏ ਜਾ ਸਕਦੇ, ਲਾਏ ਜਾ ਰਹੇ ਨੇ, ਇਹਦੇ ਨਾਲੋਂ ਚੰਗਾ ਨਹੀਂ ਸੀ ਜੇ ਵਿਚਾਰਵਾਨ ਹੁੰਦੇ, ਇਕੱਲਾ ਕੀਰਤਨ ਨਹੀਂ ਕਰਦੇ, ਨਾ ਦਿੰਦੇ ਪ੍ਰਮਾਣ ਜੇ ਪ੍ਰਮਾਣ ਬਾਰੇ ਪਤਾ ਨਹੀਂ ਤੇ। ਆਖੋ ਵਾਹਿਗੁਰੂ। ਗੱਜ ਕੇ ਬੋਲੋ। ਵਿਚਾਰ ਨਹੀਂ ਹੈਗੀ, ਨਾ ਤੇ ਸੱਤ ਹੈਗਾ, ਜੇ ਮੰਨਦੇ ਹੋ ਕਿ ਨਹੀਂ ਬੋਲੋ, ਨਾ ਜ਼ਿੰਦਗੀ 'ਚ ਸੱਚ, ਨਾ ਸੰਤੋਖ ਤੇ ਨਾ ਵਿਚਾਰ। ਵੀ ਕਿਸੇ ਨੂੰ ਪੁੱਛ ਕੇ ਵੇਖ ਲਓ ਵੀਰ ਜੀ, ਇੱਕ ਸ਼ਬਦ ਮੈਂ ਅੱਜ ਗੁਰਬਾਣੀ ਦੇ ਵਿੱਚੋਂ ਪੜ੍ਹਿਆ, ਜੇ ਕਰਨੀ ਹੋਵੇ ਸ਼ਰਮਿੰਦਾ ਇਹਾ ਕਮਾਨੀ ਰੀਤ, ਸੰਤ ਕੀ ਨਿੰਦਾ ਸਾਕਤ ਕੀ ਪੂਜਾ। ਇਹ ਦਿਲੜੀ ਵਿਪਰੀਤ, ਇਹ ਜਿਹੜੀ ਵਿਪਰੀਤ ਇੱਕ ਰੀਤ ਸੀ, ਇੱਕ ਵਿਪਰੀਤ ਆ। ਤੂੰ ਵੇਖ ਬਾਣੀ ਪੜ੍ਹਨ ਵਾਲਿਆ, ਮੱਥਾ ਟੇਕਣ ਵਾਲਿਆ ਕਿਹੜੇ ਪਾਸੇ ਤੁਰ ਪਿਆ? ਤੂੰ ਸੰਤ ਦੀ ਨਿੰਦਾ ਕਰਦਾ ਹੈ ਤੇ ਸਾਕਤ ਦੀ ਪੂਜਾ ਕਰਦਾ ਹੈ। ਆਹ ਵੇਖੋ, ਅੱਜ ਵੀ ਬਾਦਲ ਅਕਾਲੀ ਦਲ ਦਾ ਕੋਈ ਬੰਦਾ ਆ ਜੇ, ਰੈਲੀ ਰੱਖ ਲੈ, ਇਹ ਜਿਹੜੇ ਖੁੱਲੇ ਦਾੜਿਆਂ ਵਾਲਿਆਂ ਜਾਣਾ ਹੈ,
ਤੁਹਾਡਾ ਪਿਓ ਕਤਲ ਕੀਤਾ ਉਹਨਾਂ ਨੇ, ਤੁਹਾਡੇ ਪਿਓ ਨੂੰ ਗਲੀਆਂ 'ਚ ਰੋਲਣ ਦਾ ਕਸੂਰ ਉਹਨਾਂ ਦਾ ਹੈ। ਆਖੋ ਵਾਹਿਗੁਰੂ, ਵਾਹਿਗੁਰੂ। ਤੁਸੀਂ ਉਸ ਗੱਲ ਨੂੰ ਪੱਲੇ ਬੰਨ ਕੇ ਫਿਰ ਉਹਨਾਂ ਦੇ ਮਗਰ ਤੁਰੇ ਫਿਰਦੇ ਹੋ, ਸਮਝ ਲਓ ਕੋਈ ਵਿਚਾਰ ਹੀ ਨਹੀਂ ਹੈਗੀ। ਵਿਚਾਰ ਦੇ ਪੱਖੋਂ ਇਨਸਾਨ ਮਰ ਗਿਆ। ਸਤ ਸੰਤੋਖ ਵਿਚਾਰੋ, ਅੱਗੇ ਲਿਖਿਆ ਹੋਰ, ਜੇ ਕੋ ਖਾਵੇ। ਪਹਿਲੀ ਗੱਲ ਤੇ ਅਸੀਂ ਮੱਥਾ ਟੇਕਦੇ ਹਾਂ, ਖਾਂਦੇ ਹੀ ਨਹੀਂ। ਇੱਕ ਥਾਲ ਭਰਿਆ ਪਿਆ, ਆਖੋ ਵਾਹਿਗੁਰੂ, ਥਾਲ 'ਚ ਭੋਜਨ ਪਰੋਸਿਆ ਪਿਆ, ਉਹਨੂੰ ਮੱਥਾ ਟੇਕੀਦਾ ਤੇ ਉਹਦੇ ਵਿੱਚੋਂ ਕੁਝ ਖਾਈਦਾ ਹੈ। ਐਸਾ ਨਹੀਂ ਮੈਂ ਕਹਿ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਣਾ, ਮੇਰੀ ਗੱਲ ਸਮਝੋ। ਮੱਥਾ ਟੇਕਣਾ, ਸਤਿਕਾਰ ਕਰਨਾ, ਨਮਸਕਾਰ ਕਰਨੀ ਗੁਰੂ ਜੀ ਨੂੰ। ਮਗਰ ਨਮਸਕਾਰ ਕਰਨ ਤੋਂ ਬਾਅਦ ਵੈਸੇ ਵੀ ਪੁਰਾਣੇ ਬਜ਼ੁਰਗ ਕੀ ਕਰਦੇ ਸੀ, ਜਦੋਂ ਪ੍ਰਸ਼ਾਦਾ ਛਕਣ ਲੱਗਦੇ ਸੀ, ਸਤਨਾਮ ਵਾਹਿਗੁਰੂ ਕਹਿ ਕੇ ਹੱਥ ਜੋੜਦੇ ਸੀ। ਤੁਸੀਂ ਵੀ ਜੋੜੋ, ਮਗਰ ਛਕਣ ਤੋਂ ਬਾਅਦ ਜੇ ਕੋ ਖਾਵੇ, ਭਲਾ ਉਹਦਾ ਹੋਣਾ ਹੈ ਜਿਹੜਾ ਇਸ ਥਾਲ ਦੇ ਵਿੱਚੋਂ ਜੇ ਕੋ ਬੋਲੋ ਕੁਝ ਖਾਵੇ, ਸਤ ਨੂੰ ਖਾਵੇ, ਸੰਤੋਖ ਨੂੰ ਤੇ ਵਿਚਾਰ ਨੂੰ। ਤੇ ਅੱਗੇ ਲਿਖਿਆ ਜੇ ਕੋ ਪੁੰਚੇ, ਪੁੰਚੇ ਪੁੰਚੇ ਮਿੰਜ ਚਬਾਵੇ, ਜਿਹੜੀ ਬੁਰਕੀ ਤੁਸੀਂ ਮੂੰਹ ਚ ਪਾ ਕੇ ਕਿੰਨਿਆਂ ਚਿਰ ਚਬਾਈ ਜਾਂਦੇ ਹੋ, ਚਬਾਈ ਜਾਂਦੇ ਹੋ, ਉਹਦੇ ਵਿੱਚੋਂ ਮਿੱਠਾ ਆਉਣਾ ਸ਼ੁਰੂ ਹੋ ਜਾਂਦਾ। ਤੁਸੀਂ ਗੁਰਬਾਣੀ ਦੇ ਕਿਸੇ ਸ਼ਬਦ ਨੂੰ ਚਬਾਇਆ ਨਹੀਂ, ਸਿੱਧੇ ਗਲਾਵੇ ਭਰ ਭਰ ਕੇ ਅੰਦਰ ਸੁੱਟੇ, ਸਵਾਦ ਕੋਈ ਨਹੀਂ ਆਇਆ। ਆਖੋ ਵਾਹਿਗੁਰੂ। ਜੇ ਤੁਸੀਂ ਚਬਾ ਕੇ ਕਦੀ ਖਾਧੀ ਹੁੰਦੀ, ਪਕੜ ਵੀ ਆ ਰਹੀ ਜੀ, ਸੋਨ ਚੌਂਕੜਾ ਮਾਰ ਬਈ, ਪਕੜ ਚ ਆ ਰਹੀ ਗੱਲ ਸਾਰੀ। ਆਖੋ ਵਾਹਿਗੁਰੂ। ਜੇ ਕੋ ਖਾਧਾ ਹੈ ਤੇ ਉਹਨੂੰ ਜੇ ਕੋ ਖਾਵੇ ਤੇ ਜੇ ਕੋ ਪੁੰਚੇ ਦਾ ਮਤਲਬ ਚਿੱਥੇ। ਆਪਾਂ ਕਹਿੰਦੇ ਭਾਜੀ ਮੇਰੀ ਗੱਲ ਨੂੰ ਚੰਗੀ ਤਰ੍ਹਾਂ, ਤੇ ਗੁਰੂ ਵੀ ਕਹਿੰਦਾ ਹੈ ਤੁਸੀਂ ਜੋ ਸੁਣਿਆ ਭਾਈ ਸਾਹਿਬ ਕੋਲੋਂ, ਜੋ ਦਾਸ ਕੋਲੋਂ ਸੁਣਨਾ ਹੈ, ਇਹਨਾਂ ਗੱਲਾਂ ਨੂੰ ਘਰ ਜਾ ਕੇ ਕਦੀ 2 ਮਿੰਟ ਦਿਓ, ਤੁਹਾਨੂੰ 1-10 ਰੁਪਈਏ ਮਿਲਦੇ ਨੇ ਕਿਤੇ। ਆਖੋ ਵਾਹਿਗੁਰੂ। ਕੀ ਕਿਹਾ? ਕਿਤੇ ਉਹ 10 ਰੁਪਈਏ ਦਿਹਾੜੀ ਮਿਲਦੀ ਆ ਤੇ ਘਰ ਜਾ ਕੇ ਤੁਸੀਂ ਨੋਟ ਨੂੰ ਵੇਂਦੇ ਹੋ, ਵੇਂਦੇ ਹੋ ਕਿਉਂ? ਵੀ ਕਿਤੇ ਜਾਲੀ ਨਾ ਦੇਤਾ ਹੋਵੇ, ਫਟਿਆਈ ਨਾ ਦੇਤਾ ਹੋਵੇ। ਕਦੀ ਇੱਥੇ ਜੋ ਸੁਣ ਕੇ ਗਏ ਹੋ, ਕਦੀ ਘਰ ਜਾ ਕੇ ਵਿਚਾਰ ਕੀਤੀ ਜੇ ਭਾਈ ਸਾਹਿਬ ਨੇ ਕੀ ਕਥਾ ਸੁਣਾਈ? ਕੀਰਤਨ ਤਾਂ ਹੈ ਹੀ ਨਿਰਮੁਲ ਘੀਰਾ, ਉਹਦੇ 'ਚ ਤੇ ਮਿਲਾਵਟ ਹੈ ਹੀ ਨਹੀਂ। ਆਖੋ ਵਾਹਿਗੁਰੂ। ਉਹ ਤੇ ਜੋ ਸੁਣਿਆ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਉਹਨੇ ਤੇ ਸਭ ਕੁਝ ਭਲਾ ਕਰਨਾ, ਕਿਉਂਕਿ ਉਹ ਹੈ ਹੀ ਅੰਮ੍ਰਿਤ। ਕਥਾ ਕਰਨ ਵਾਲੇ ਬਾਰੇ ਕਦੀ ਸੋਚਿਆ ਜੀ ਉਹਨੇ ਤੁਹਾਨੂੰ ਕੀ ਕਿਹਾ, ਕੀ ਸੁਣਾਇਆ? ਫਿਰ ਬਹੁਤ ਕੁਝ ਸੁਣਾਇਆ ਗਿਆ, ਬਹੁਤ ਕੁਝ ਸੁਣਾਇਆ ਗਿਆ ਜੋ ਸਾਡੀ ਗੁਰਮਤ ਨਹੀਂ ਸੀ। ਆਖੋ ਵਾਹਿਗੁਰੂ। ਬੋਲੋ, ਜੋ ਸਾਡੀ ਉਹ ਕੁਝ ਸੁਣਾਇਆ ਗਿਆ, ਧੰਨਵਾਦ ਜੀ, ਉਹ ਕੁਝ ਸੁਣਾਇਆ ਗਿਆ ਤੇ ਅਸੀਂ ਸੁਣਦੇ ਰਹੇ। ਉਹੋ ਹੀ ਕੁਝ ਸੁਣਿਆ ਜੋ ਉਹਨੇ ਸੁਣਾ ਤਾ, ਅਸੀਂ ਅੱਖਾਂ ਮੀਟ ਕੇ ਸੁਣਦੇ ਰਹੇ। ਉਹਨਾਂ ਨੇ ਜਾਣਾ, ਹਨੇਰਾ ਹੋ ਜਾਣਾ, ਅੰਮ੍ਰਿਤਸਰ ਸਾਹਿਬ ਜਾਂਦੇ, ਮੈਂ ਵੀ ਜਾਣਾ। ਆਖੋ ਵਾਹਿਗੁਰੂ। ਚੌਂਕੜਾ ਮਾਰ ਕੇ ਟੇਕੋ, ਜੋ ਉਹਨਾਂ ਸੁਣਾਇਆ, ਜੋ ਮੈਂ ਸੁਣਿਆ, ਕੀ ਘਰ ਜਾ ਕੇ? ਇੱਧਰ ਵੇਖੋ ਜੀ, ਤੁਸੀਂ ਧਿਆਨ ਨਾਲ ਸੁਣ ਲੈ, ਸੋ ਘਰ ਜਾ ਕੇ ਕਦੀ ਚਿੱਥੀ ਗੱਲ? ਜੇ ਤੁਸੀਂ ਚਿੱਥਦੇ, ਮੇਰੀ ਕੌਮ ਜੋ ਸੁਣ ਕੇ ਗਈ ਉਹ ਚਿੱਥਦੀ, ਤੇ ਕਿਸੇ ਦੀ ਹਿੰਮਤ ਨਹੀਂ ਸੀ ਤੁਹਾਡੇ ਘਰ 'ਚ ਆਣ ਕੇ ਚੋਰੀ ਕਰ ਲੈਂਦਾ। ਅੱਜ ਹੁਣ ਰੋਂਦੇ ਹਾਂ ਅਸੀਂ, ਤੁਸੀਂ ਤੇ ਮੈਂ ਵੀ ਰੋਂਦਾ ਹੋ ਰਿਹਾ ਅੰਮ੍ਰਿਤਸਰ ਸਾਹਿਬ ਤੋਂ। ਕੋਈ ਸਿੱਖਾਂ ਦਾ ਸਕੂਲ ਨਹੀਂ ਮੈਨੂੰ ਰਾਜ ਮਿਲਿਆ, ਕੋਈ ਸਿੱਖਾਂ ਦਾ ਹਸਪਤਾਲ ਨਹੀਂ ਮਿਲਿਆ। ਸਾਡੇ ਪੈਸੇ ਕਿੱਥੇ ਗਏ? ਸਾਡੇ ਪੈਸੇ ਕਿੱਥੇ ਗਏ? ਸਾਡੀ
ਸਾਡੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਦੇਣ ਦਾ ਇੱਕ ਸਾਡੀ ਕੌਮ ਹੈ ਜਿਹਦਾ ਧਰਮ ਆ ਆਖੋ ਵਾਹਿਗੁਰੂ। ਸਾਡੀ ਕੌਮ ਆ ਜਿਹੜੀ ਕੀ ਕੱਢਦੀ ਆ ਦਸਵੰਧ ਕੱਢਦੀ। ਉਹ ਦਸਵੰਧ ਕਿੱਥੇ ਆ? ਕੀ ਅਸੀਂ ਹਾਈਵੇ ਦੇ ਉੱਤੇ ਆਪਣੇ ਸਕੂਲ ਨਹੀਂ ਖੋਲ ਸਕਦੇ ਜਿਹਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਲਿਖਿਆ ਹੁੰਦਾ ਵੈ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਅੱਜ ਕ੍ਰੋਸ ਦੀ ਜਗ੍ਹਾ ਤੇ ਖੰਡੇ ਨਹੀਂ ਸੀ ਹੋ ਸਕਦੇ, ਬੋਲੋ ਨਾ ਗੁਰੂ ਕਿਸੇ ਹੋ ਸਕਦੇ ਸੀ ਨਹੀਂ। ਇੱਥੋਂ ਪਤਾ ਲੱਗਾ ਕਿਤੇ ਦਸਵੰਧ ਦੇਣ 'ਚ ਅਸੀਂ ਗਲਤੀ ਕੀਤੀ। ਇਹ ਚਿੱਥੇ ਹੋ ਅੱਜ ਚਿੱਤ ਲਿਓ ਕੱਲ ਚਿੱਤ ਲਿਓ ਆਖੋ ਵਾਹਿਗੁਰੂ। ਦਸਵੰਧ ਗੁਰੂ ਨਾ ਦੇਵੀ, ਗੁਰੂ ਨਾ ਦੇਵੀ ਕਿ ਬਾਬੇ ਨੂੰ ਬੋਲੋ, ਉੱਚੀ ਬੋਲੋ। ਕਿਤੇ ਸ਼ਬਦ ਉੱਥੇ ਕੀ ਲਿਖਿਆ? ਬਾਬਾ ਕਿ ਗੁਰੂ? ਦਸਵੰਧ ਗੁਰੂ ਨਾ ਦੇਵੀ। ਜਿਹੜਾ ਬੰਦਾ ਗੁਰੂ ਨੂੰ ਦਸਵੰਧ ਨਹੀਂ ਦਿੰਦਾ ਤੇ ਗੁਰੂ ਦਾ ਮੂੰਹ ਕੀ ਹੈ? ਗਰੀਬ ਦੀ, ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ। ਜਿੰਨੇ ਤੁਸੀਂ ਭੈਣ ਭਰਾ ਬੈਠੋ ਇੱਕ ਵਾਰ ਸੱਚੇ ਧੋ ਕੇ ਸੁਣਿਓ, ਕਦੀ ਗਰੀਬ ਨੂੰ ਪੈਸਾ ਦਿੱਤਾ ਜੇ? ਬਾਬਿਆਂ ਨੂੰ ਤੇ ਆ ਹੁਣ ਮੈਨੂੰ ਵੀ ਲਿਫਾਫਾ ਦੇਣ ਡਿਆ ਸੀ। ਇਹਨਾਂ ਨੂੰ ਚਿੱਥਣਾ ਪੈਣਾ ਤੁਹਾਨੂੰ। ਜੇ ਕੌਮ ਦੀ ਸਵਾਰਨੀ ਆ ਤੇ ਆਪਣੀ ਜੇਬ ਦਾ, ਆਪਣੀ ਕਮਾਈ ਦਾ ਇੱਕ ਇੱਕ ਪੈਸਾ ਤੁਹਾਨੂੰ ਗਰੀਬ ਨੂੰ ਦੇਣਾ ਪੈਣਾ ਹੈ। ਉੱਥੇ ਫਰਕ ਨਹੀਂ ਰੱਖਣਾ ਪੈਣਾ ਇਹ ਮੁਸਲਮਾਨ ਆ, ਇਹ ਬ੍ਰਾਹਮਣ ਆ, ਇਹ ਈਸਾਈ ਆ, ਇਹ ਸਿੱਖ ਆ। ਉੱਥੇ ਵੇਖਣਾ ਵੀ ਲੋੜ ਕਿਨੂੰ, ਪਕੜ ਰਹੇ ਹੋ ਜੀ? ਕੀ ਲੋੜ ਕਿਨੂੰ? ਬੱਚਾ ਕਿਹਦਾ ਭੁੱਖਾ ਹੈ? ਬੱਚਾ ਕਿਹਦਾ ਬਿਮਾਰ ਆ? ਆਖੋ ਵਾਹਿਗੁਰੂ। ਬੱਚਾ ਕਿਹਦਾ ਬਿਮਾਰ ਆ? ਕਿਸ ਗੁਰੂ ਕੇ ਸਿੱਖ ਨੇ ਗਾਤਰਾ ਪਾਇਆ, ਸਿਰ ਤੇ ਦਸਤਾਰ ਸਜਾਈ ਤੇ ਬਾਹਰ ਝੁੱਗੀ ਵਿੱਚ ਬੈਠਾ ਉਹਦੇ ਕੋਲ ਘਰ ਹੈ ਨਹੀਂ? ਇਹ ਤੁਹਾਨੂੰ ਵੇਖਣਾ ਪੈਣਾ ਹੈ। ਆਓ ਹੱਥ ਜੋੜ ਕੇ ਬੇਨਤੀ ਹੈ। ਪਤਾ ਨਹੀਂ ਮੈਨੂੰ ਰਾਹ ਦੇ ਵਿੱਚ ਵੀ ਮੇਰੇ ਮਾਲਕ ਕਹਿੰਦੇ ਆਉਂਦੇ ਸੀ, ਕਦੀ ਇਹਨਾਂ ਨੂੰ ਪੁੱਛ ਲਾ ਕਿੰਨੇ ਦਿਨਾਂ ਤੋਂ ਸੁਣਦੇ ਹੋ, ਕੀ ਸਿੱਖਿਆ ਜੇ? ਪਤਾ ਨਹੀਂ ਅੱਜ ਦਵਿੰਦਰ ਸਿੰਘ ਆਉਂਦਿਆਂ ਪਿਤਾ ਜੀ ਗੱਲਾਂ ਕਰਨ ਡਏ ਸੀ। ਪਰਮਜੀਤ ਸਿਆ, ਤੂੰ ਜਿਹਨਾਂ ਨੂੰ ਕਥਾ ਸੁਣਾਉਂਦਾ ਇਹਨਾਂ ਨੂੰ ਇੱਕ ਵਾਰ ਪੁੱਛ ਲਾ, ਇੰਨੀ ਕਥਾ ਸੁਣ ਕੇ, ਇੰਨਾ ਕੀਰਤਨ ਸੁਣ ਕੇ ਸਿੱਖਿਆ ਕੀ ਜੇ? ਬੋਲੋ ਨਾ ਜੀ, ਬੋਲੋ ਗੁਰੂ ਕੇ ਸਿੱਖ। ਮੈਂ ਤੁਹਾਨੂੰ ਕੁਝ ਪੁੱਛਦਾ, ਕੀ ਆਪਣਾ ਦਸਵੰਧ ਅੱਜ ਤੋਂ ਅਸੀਂ ਆਖੋ ਵਾਹਿਗੁਰੂ, ਅੱਜ ਤੋਂ ਅਸੀਂ ਗੰਢ ਦੇ ਲਈ ਵੀ ਗਰੀਬ ਨੂੰ ਦੇਣਾ, ਲੋੜਵੰਦ ਨੂੰ ਦੇਣਾ, ਬਣਾ ਲਿਆ ਮਨ? ਆਖੋ ਵਾਹਿਗੁਰੂ। ਹੁਣ ਇੱਕ ਹੋਰ ਗੱਲ ਸੀ, ਉੱਥੇ ਬੈਠਾ ਦਾਸ ਨੂੰ ਮੰਜੇ 'ਤੇ ਬਾਲਿਆ ਸੀ ਪ੍ਰਸ਼ਾਦਾ ਛਕਾਉਣ ਨੂੰ, ਲੱਤਾਂ ਥੱਕ ਗਈਆਂ ਪ੍ਰਸ਼ਾਦਾ ਛਕਾਉਣ ਨੂੰ। ਮੈਂ ਇੱਕ ਚੰਗਾ ਜੈਂਟਲਮੈਨ ਸਿੱਖ ਸੀ ਇੱਥੇ ਆਏ ਉਹਨੇ, ਮੈਂ ਉਹਨਾਂ ਨੂੰ ਕਿਹਾ ਕੁਰਸੀ 'ਚ ਬਹਿ ਜਾਓ। ਇਹ ਗੱਲਾਂ ਤੁਹਾਨੂੰ ਛੱਡਣੀਆਂ ਪੈਣੀਆਂ। ਜੇ ਪ੍ਰਚਾਰਕ ਮੰਜੇ 'ਤੇ ਬੈਠਾ ਤਾਂ ਤੁਸੀਂ ਨਾਲ ਉਹਦੇ ਬਹਿ ਸਕਦੇ ਹੋ, ਜੇ ਉਹ ਕੁਰਸੀ 'ਤੇ ਬੈਠਾ ਤਾਂ ਉਹਦੇ ਬਰਾਬਰ 'ਤੇ ਤੁਸੀਂ ਬਹਿ ਸਕਦੇ ਹੋ। ਗੁਰੂ ਡੰਮ ਨਾ ਚਲਾਓ, ਇਹ ਗੁਰੂ ਡੰਮ ਆ। ਜਿਹੜਾ ਆਪਾਂ ਕਹਿੰਦੇ ਵੀ ਨਹੀਂ ਤੁਹਾਡੇ ਬਰਾਬਰ ਬਹਿ ਜਾਈਏ, ਇਹਦੇ ਬਰਾਬਰ ਨਹੀਂ ਬਹਿਣਾ, ਹੋਰ ਕਿਸੇ ਦੇ ਜਿਹਦੇ ਮਰਜ਼ੀ ਬਹਿ ਜਾਓ। ਆਖੋ ਵਾਹਿਗੁਰੂ। ਉੱਥੇ ਲਿਖਿਆ ਖਸਮੇ ਕਰੇ ਬਰਾਬਰੀ, ਖਸਮੇ ਇੱਕ ਖਸਮ ਕੌਣ ਹੈ? ਖਸਮ ਗੁਰੂ ਗ੍ਰੰਥ ਸਾਹਿਬ ਜੀ। ਇਹਦੇ ਬਰਾਬਰ ਕੁਰਸੀ ਡਾ ਕੇ ਨਹੀਂ ਬਹਿਣਾ, ਇਹਦੇ ਬਰਾਬਰ ਮੰਜੇ ਤੇ ਨਹੀਂ ਬਹਿਣਾ, ਇਹਦੇ ਚਰਨਾਂ ਚ ਬਹਿਣਾ ਹੈ। ਹੋਰ ਕੋਈ ਸੰਤ ਮਹਾਤਮਾ ਖਵਾਉਣ ਵਾਲਾ ਤੁਹਾਡੇ ਘਰ ਆਵੇ, ਛਾਲ ਮਾਰ ਕੇ ਬੈੱਡ ਤੇ ਨਾਲ ਬਹਿ ਜਾਓ। ਇੱਕ ਪਿਤਾ ਇੱਕ ਪਿਓ ਹੈ, ਇੱਕ ਦੀ ਔਲਾਦ ਆ। ਜੇ ਇੱਕ ਪਿਓ ਦੇ ਬੱਚੇ ਇਕੱਠੇ ਬਹਿ ਕੇ ਲੰਗਰ ਛਕ ਸਕਦੇ ਆ ਤੇ ਸੰਤ ਤੋਂ ਸੰਤ ਵੱਡਾ ਵੀ ਹੋਵੇ ਉਹਦੇ ਨਾਲ ਬਹਿ ਕੇ ਤੁਸੀਂ ਮੰਜੇ ਤੇ ਲੰਗਰ ਛਕ ਸਕਦੇ ਹੋ। ਸਿੱਖੋ, ਆਪਣੀ ਚੇਤਨਤਾ ਨੂੰ ਬਦਲੋ। ਇਹ ਗੁਰੂ ਡੰਮ ਪੈਦਾ ਕਰਦੇ ਆ ਆਪਾਂ ਵੀ ਬਾਬਾ ਜੀ ਤੁਹਾਡੇ ਬਰਾਬਰ ਬਹਿ ਜਾਈਏ। ਇੱਧਰ ਵੇਖੋ ਜੀ, ਕਿੱਧਰ ਚਲੇ? ਬਾਬਾ ਜੀ
ਤੁਹਾਡੇ ਬਾਬਾ ਬੈਰੀਏ ਨਹੀਂ ਬਿਠਾ ਜਾ ਸਕਦਾ, ਬੋਲੋ ਜੀ, ਬੜੇ ਡਰਦੇ ਹੋ, ਬੋਲੋ। ਕੋਈ ਵੱਡੇ ਤੋਂ ਵੱਡਾ ਵੀ ਸੰਤ ਮਹਾਤਮਾ ਹੋਵੇ, ਇਹ ਸੰਤ ਤੁਸੀਂ ਤੇ ਮੈਂ ਪ੍ਰਮੋਟ ਕੀਤੇ ਨੇ, ਇਹ ਸੰਤ ਨਹੀਂ। ਤੁਸੀਂ ਕਿੱਧਰ ਚਲੇ ਗਏ, ਮੰਨਦੇ ਤੇ ਨਹੀਂ ਕਿਸੇ ਨੂੰ? ਅੱਛਾ, ਆਖੋ ਵਾਹਿਗੁਰੂ, ਸੋਚੀ ਪੈ ਗਏ ਨਾ। ਇਹ ਜਿੰਨੇ ਸਾਧ ਪ੍ਰਮੋਟ ਕੀਤੇ, ਸੰਤ ਪ੍ਰਮੋਟ ਕੀਤੇ, ਅਸੀਂ ਕੀਤੇ ਨੇ, ਇਹਨੇ ਮੋਰ ਨਹੀਂ ਲਾਈ। ਸੰਤਨ ਮੋਕੋ ਪੂੰਜੀ ਸੰਪੀ ਤੋ ਉਤਰਿਆ ਮਨ ਕਾ, ਕਿੰਨੇ ਅੱਗ ਦੇ ਉਤਰੇ ਬੋਲੋ, ਧੋਖੇ ਕਿੰਨਿਆਂ ਦੇ ਉਤਰ ਗਏ। ਇੱਥੋਂ ਪਤਾ ਲੱਗਾ ਜਿਹੜੀ ਸੰਤਾਂ ਨੇ ਪੂੰਜੀ ਦਿੱਤੀ ਉਹ ਪੂੰਜੀ ਸਹੀ ਨਹੀਂ ਸੀ, ਅਸੀਂ ਧੋਖੇ ਜੀ ਆ ਜੇ ਵੀ। ਆਖੋ ਵਾਹਿਗੁਰੂ, ਪਤਾ ਲੱਗਾ ਜੀ, ਜੇ ਕੌਮ ਅਜੇ ਵੀ ਧੋਖੇ ਵਿੱਚ ਆ ਵਿਚਾਰੀ, ਉੱਥੇ ਲਿਖਿਆ ਤਾਕੋ ਧੋਖਾ ਕਹਾਂ ਵਿਆਪੇ ਚਾਕੋ ਓਟ ਤੁਹਾਰੀ, ਉਹਦਾ ਓਟ ਆਸਰਾ ਲੈਣ ਦੀ ਜਗ੍ਹਾ ਤੇ ਆਪਾਂ ਬੰਦੇ ਦਾ ਲਿਆ ਤੇ ਧੋਖਾ ਖਾ ਗਏ। ਜਿੰਨੇ ਪ੍ਰਮੋਟ ਕੀਤੇ ਨੇ ਇਹ ਅਸੀਂ ਅਸੀਂ ਕੀਤੇ, ਅਸੀਂ ਕਹਿ ਕੇ ਬਾਬਾ ਜੀ ਬਾਬਾ ਜੀ, ਹਰ ਸਿੱਖ ਨੂੰ ਸਿੱਖ ਜਾ ਕੇ ਕਹੀਏ ਵਾਹਿਗੁਰੂ ਜੀ ਕਾ ਖਾਲਸਾ, ਤੇ ਹਰ ਇੱਕ ਨੂੰ ਵੀਰ ਜੀ ਕਹਿ ਕੇ ਬੁਲਾਈਏ, ਹਰ ਇੱਕ ਨੂੰ ਭਾਈ ਸਾਹਿਬ ਕਹਿ ਕੇ ਬੁਲਾਈਏ। ਆਓ ਹੁਣ ਸ਼ਬਦ ਦੀ ਵਿਚਾਰ ਕਰ ਲਈਏ, ਇੰਨਾ ਕੁ ਮੈਂ ਕਹਿਣਾ ਸੀ। ਮੇਰਾ ਪਿਓ ਅੰਮ੍ਰਿਤਸਰ ਸਾਹਿਬ ਤੋਂ ਗੱਡੀ ਚ ਬੈਠਿਆ ਮੈਨੂੰ ਇਹ ਹੀ ਕਹਿੰਦਾ ਆਇਆ, ਪਰਮਜੀਤ ਫੇਰੇ ਮਾਰਨਾ ਕੁਛ ਨਹੀਂ ਬਣਨਾ, ਇਹਨਾਂ ਨੂੰ ਪੁੱਛ ਵੀ ਰੋਜ਼ ਸਤਸੰਗਤ ਕਰਨ ਵਾਲੇ ਹੋ, ਆਪਾਂ ਕੁਝ ਸਿੱਖਿਆ ਹੈ, ਝੂਠ ਨਹੀਂ ਬੋਲਣਾ ਸਿੱਖਿਆ, ਬੋਲੋ ਜੀ ਗੁਰੂ ਕਿਸ, ਹੱਥ ਖੜਾ ਕਰੋ ਹਾਂ ਜਿਹੜਾ ਨਹੀਂ ਬੋਲਦਾ ਝੂਠ, ਸ਼ਾਬਾਸ਼। ਇੱਕੋ ਵੇਖ ਲਿਓ ਚਾਰ ਚਪੇਰੇ ਕਿਤੇ ਕਿਸੇ ਨੇ ਵਿੱਚੋਂ ਕਹਿਤਾ ਨਾ ਭਾਈ ਦਵਿੰਦਰ ਸਿੰਘ ਜੀ ਤੁਸੀਂ ਤਾਂ ਮੇਰੇ ਨਾਲ ਬੋਲਿਆ ਸੀ, ਇਸ ਤਰ੍ਹਾਂ ਨਹੀਂ। ਹੱਥ ਖੜਾ ਕਰੋ, ਮਰਦ ਬਣੋ, ਜੇ ਨਹੀਂ ਅੱਜ ਤੋਂ, ਅੱਜ ਤਿੰਨ ਜੇ ਕੱਲ ਨੂੰ ਛੇ ਹੋ ਗਏ, ਅੱਜ ਤੋਂ ਸਿੱਖੋ ਵੀ ਗੁਰੂ ਕੇ ਸਿੱਖ ਨੇ ਕਦੀ ਝੂਠ ਨਹੀਂ ਬੋਲਿਆ, ਗੁਰੂ ਕੇ ਸਿੱਖ ਨੇ ਕਦੀ ਐਸ ਅੱਖ ਨਾਲ ਕਿਸੇ ਦੀ ਧੀ ਦਾ ਰੂਪ ਨਹੀਂ ਵੇਖਣਾ, ਗੁਰੂ ਕੇ ਸਿੱਖ ਨੇ ਇਹਨਾਂ ਕੰਨਾਂ ਨਾਲ ਕਿਸੇ ਦੀ ਨਿੰਦਾ ਨਹੀਂ ਸੁਣਨੀ। ਫਿਰ ਪੰਥ ਦੀਆਂ ਨੀਹਾਂ ਹੋਣੀਆਂ ਜੇ ਪੱਕੀਆਂ, ਨਹੀਂ ਤੇ ਕੋਈ ਨੀ, ਉੱਤੇ ਉੱਤੇ ਮਹਿਲ ਬਣਾ ਛੱਡੋ, ਹਵਾ ਦੇ ਮਹਿਲ ਨੇ। ਆਖੋ ਵਾਹਿਗੁਰੂ, ਧੂਏ ਦੇ ਬੱਦਲ ਨੇ, ਜਰਾ ਧੂਆਂ ਹਵਾ ਦਾ ਝੋਕਾ ਆਇਆ ਤੇ ਧੂਏ ਦੇ ਬੱਦਲ ਉੱਡ ਜਾਣੇ। ਇਸ ਤਰ੍ਹਾਂ ਨਾ ਕਰੋ, ਜ਼ਿੰਦਗੀ ਬਣਾਓ, ਗੁਰੂ ਕੇ ਸਿੱਖ ਤੁਹਾਡੇ ਵੱਡੇ ਵਡੇਰੇ। ਆਖੋ ਵਾਹਿਗੁਰੂ, ਕਦੀ ਕੋਈ ਵੱਡੇ ਤੋਂ ਵੱਡਾ ਕਾਜੀ, ਵੱਡੇ ਤੋਂ ਵੱਡਾ ਜੱਜ ਜਿਹੜਾ ਬੈਠਾ ਜੱਜਮੈਂਟ ਦੇਣ ਵਾਲਾ, ਉਹ ਕਹਿੰਦਾ ਸੀ ਸਿੱਖ ਆ ਗਿਆ, ਹੁਣ ਮੈਂ ਕਿਸੇ ਦੀ ਹੋਰ ਸੁਣਨੀ ਨਹੀਂ, ਸਿੱਖ ਝੂਠ ਨਹੀਂ ਬੋਲਦਾ, ਸਿੱਖ ਝੂਠ ਨਹੀਂ ਬੋਲਦਾ। ਤੇ ਹੁਣ ਕਦੀ ਕਾਜੀ ਕਹਿੰਦਾ ਸੀ, ਮੈਂ ਕੁਰਾਨ ਦੀ ਕਸਮ ਖਾ ਕੇ ਕਹਿੰਦਾ ਕੋਈ ਗੁਰੂ ਨਾਨਕ ਦਾ ਸਿੱਖ ਸ਼ਰਾਬ ਨਹੀਂ ਪੀਂਦਾ, ਮੈਂ ਇਹਨਾਂ ਦੇ ਕਿਰਦਾਰ ਨੂੰ ਵੇਖਿਆ ਹੈ। ਕੋਈ ਕਹਿੰਦਾ ਸੀ ਮੇਰੀ ਧੀ ਬੰਬੇ ਚੱਲੀ ਆ, ਆਖੋ ਵਾਹਿਗੁਰੂ, ਪਕੜ ਰਹੇ ਹੋ ਜੀ, ਮੇਰੀ ਧੀ ਬੰਬੇ ਚੱਲੀ ਆ, ਨਾਲ ਮੈਂ ਨਹੀਂ ਜਾ ਸਕਦਾ, ਧੀ ਰਾਣੀ ਨੌਜਵਾਨ ਆ, 18 ਸਾਲ ਦੀ ਆ, ਉੱਥੇ ਉਹਦੇ ਨਾਨਕੇ ਰਹਿੰਦੇ ਨੇ, ਤੇ ਮੈਂ ਸਾਰੇ ਡੱਬਿਆਂ ਚ ਇੰਜਣ ਤੋਂ ਲੈ ਕੇ ਪਿੱਛੋਂ ਤੱਕ ਵਹਿੰਦਾ ਆਉਣਾ। ਤੇ ਕਿਸੇ ਪੰਡਿਤ ਨੇ ਪੁੱਛਿਆ ਵੀ ਮੀਆਂ ਜੀ ਕਿਹਨੂੰ ਲੱਭਦੇ ਫਿਰਦੇ ਹੋ? ਆਖੋ ਵਾਹਿਗੁਰੂ, ਕਿਹਨੂੰ ਲੱਭਦੇ ਫਿਰਦੇ ਹੋ? ਤੇ ਉਹਨੇ ਕਿਹਾ ਮੈਂ ਕਿਸੇ ਗੁਰੂ ਕੇ ਸਿੱਖ ਨੂੰ ਲੱਭਦਾ। ਇਹ ਇਮੋਸ਼ਨਲ ਨਾ ਹੋ, ਆਪਣਾ ਵੀ ਜੀਵਨ ਬਣਾਓ ਇਸ ਤਰ੍ਹਾਂ ਦਾ।
चार सवेरे का एक दिन एक प्यारा लाल गरगिया नाम सुनिया होने तुसी यूट्यूब ते सुनदे हो नू वो प्यारा लाल गर्ग कहिंदा भी आखिर पंजाब च की खजाना दबिया है भी दुनिया भर दिया अठ टॉप क्लास एजेंसियां इत्थे काम कर रही हैं पंजाब च भी सिख नू सिख ना रहन दिता जावे किन्नियां टॉप क्लास वह भी वर्ल्ड दियां इंडिया दियां नहीं इंडिया दियां ते पता नहीं किन्नियां कौन गईयां वर्ल्ड दिया वह प्यारा लाल सहज धारिया आखो वाहेगुरु दे केस दड़ा उहदा है नहीं मगर वह बंदा कहिंदा भी आखिर पंजाब विच इहो जिहा किहड़ा खजाना है वह खजाना है गुरु क्या सिखा धन गुरु ग्रंथ साहब की बाणी तानू गुरु ग्रंथ साहब की बाणी नालों तोड़न नू दुनिया दियां अठ टॉप कलास एजेंसियां इंटेलीजेंसियां काम कर रही भी सिख का बाणी तो विश्वास हटाया जाए सिख नू बाणी तो मोड़िया जाए तो सची मुची उन्हें मेरे वर्गे बड़े बड़े ने अपने पे बंदे गोल पगां बना के हथ च कृपाना फड़ा के वह तुहानू दीवे जगवाउण डए ने दरबार साहब वरकिया की होया बोलो ना की होया बोलो की गल वेख्या नहीं टीवी ते वेख्या ही हो की हो रहा उत्थे सारिया परिक्रमा कादे नाल भरिया ए दीवे जगाउणे सी इत्थे दरबार साहब ए दीवे जगाउणे सी दीवा बड़े अंधेरा जाए वेद पाठ पापा मत खाए उगवे सूर ना जापे चंद ये कुछ होया साडे ना किन्ने दीवे बाले अख वाहेगुरु की इतना ही सी परिक्रमा गंदियां करनिया साडा धर्म सी कि उत्थे पटाके चला चला के जिन्ने पक्षी बैठे सी बाबा बुढ़ा साहब वाली बेर दे उत्ते ते दुख भंजनी दे उत्ते निकियां निकियां चिड़ियां सवेरे मर के डिग के सरोवर च पईयां सी ओही काम करना सी असी बोलो ना इतना बैठो थोड़ा चिर एहो ही काम करन नूं असी दिवाली मनाई सी तियो जागो वीरो जागो असी ए दीवे नहीं जगाउणे असी आ दीवा जगाउणा है वाहिगुरु 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 मुंह तो कहो ते कन्ना तो सुनो जगूगा उत्थे तक तीली जावे ते सही शब्द आउंदा होगा पोथी परमेश्वर नहीं प्राण कमाई है जिहड़ियां पोथियां ने ना इन्हां विचों जो पढ़िया उहदी कमाई करनी
ਕੀ ਕਰਨੀ ਹੈ ਜੀ ਬੋਲੋ, ਕੀਤੀ ਕੁਛ ਕਮਾਈ ਕਰਨੀ ਕੀ ਸਿੱਖਣਾ, ਕੁਛ ਜੇਬ 'ਚ ਪਾ ਕੇ ਲਿਆਉਣਾ? ਤੁਸੀਂ ਸਵੇਰ ਤੋਂ ਕੰਮ 'ਤੇ ਗਏ ਹੋ, 6 ਪੈਸੇ ਪਾ ਕੇ ਜੇਬ 'ਚ ਆਏ ਹੋ ਤਾਂ ਕਹਿੰਦੇ ਮੈਂ 6 ਪੈਸੇ ਕਮਾ ਕੇ ਆਇਆ। ਕਮਾਲ ਦੀ ਗੱਲ ਆ, ਤੁਸੀਂ ਪੋਥੀ ਫੜ ਕੇ 5 ਬਾਣੀਆਂ ਪੜ੍ਹ ਲਈਆਂ, ਕਮਾਈ ਕੁਛ ਵੀ ਨਹੀਂ ਪਤਾ ਲੱਗਾ। 5 ਬਾਣੀਆਂ ਸਿੱਖ ਨੇ ਪੜ੍ਹ ਲਈਆਂ ਅਤੇ ਕਮਾਈ ਕੋਈ 4 ਪੈਸੇ ਵਿੱਚੋਂ ਕੱਢੇ, ਕੋਈ ਸਿੱਖਿਆ, ਕੋਈ ਜੀਵਨ ਬਦਲਿਆ। ਇੱਕ ਪਲਾਂਟ ਲਾਉਂਦੇ ਹੋ, ਸੁਣੋ ਜੀ ਤੁਸੀਂ ਸਾਰੇ ਪੇਂਡੂ ਜੇ ਭਾਈ ਸਾਹਿਬ ਜੀ ਸੱਚ ਬੋਲਣ ਵਾਲੇ ਹੋ, ਮੇਰੇ ਹੱਥ ਜੋੜ ਕੇ ਬੇਨਤੀ ਧਿਆਨ ਸੁਣੋ। ਇੱਕ ਤੁਸੀਂ ਬੂਟਾ ਲਾਉਂਦੇ ਹੋ ਅਤੇ ਬੂਟੇ ਨੂੰ 5-7 ਦਿਨੀ ਵਾਰ ਵਾਰ ਕਿਉਂ ਵਹਿੰਦੇ ਹੋ? ਬੋਲੋ ਨਾ, ਕੀ ਕਿਉਂ ਵਹਿੰਦੇ ਹੋ? ਹਾਂਜੀ ਹਾਂ, ਵੀ ਕੋਈ ਗਰੋਥ ਹੋਈ? ਤੁਸੀਂ ਕਦੀ ਨਹੀਂ ਆਪਣੇ ਵੱਲ ਵੇਖਿਆ? 10 ਸਾਲ ਪਹਿਲਾਂ ਵੀ ਮੈਂ ਚੁਗਲ ਸਾਂ, ਲਾਇਆ ਮੈਂ ਗੁਰੂ ਨਾਨਕ ਦੇ ਘਰ 'ਚ ਆਪਣਾ ਬੂਟਾ ਅਤੇ ਕਹਿੰਦੇ ਸਿੱਖਿਆ, ਨਹੀਂ ਪਤਾ ਲੱਗਾ, ਨਹੀਂ ਅਜੇ। ਫਿਰ ਦੱਸਦਾ, ਇੱਕ ਬੂਟਾ ਤੁਸੀਂ ਲਾਉਂਦੇ ਹੋ ਅਤੇ 10 ਕੁ ਦਿਨਾਂ ਤੱਕ 5 ਦਿਨਾਂ ਤੱਕ ਜਾ ਕੇ ਵੇਖਦੇ ਹੋ, ਪਹਿਲੇ ਜੇ ਤਾਂ ਧਰਤੀ 'ਚ ਬੀਜ ਸੁੱਟਿਆ ਤਾਂ ਕਹਿੰਦੇ ਉੱਗਿਆ ਕਿ ਨਹੀਂ, ਵਹਿੰਦੇ ਹੋ ਕਿ ਨਹੀਂ, ਬੋਲੋ ਨਾ। ਫਿਰ ਉੱਗੇ ਦੇ ਇਸ ਤਰ੍ਹਾਂ ਬਾਅਦ ਬੂਟਾ ਆ ਗਿਆ, ਫਿਰ ਤੁਸੀਂ ਦੂਸਰੇ ਤੀਸਰੇ ਦਿਨ ਫਿਰ ਝਾਤੀ ਮਾਰਦੇ ਹੋ, ਕੋਈ 2-4 ਪੱਤੇ ਨਵੇਂ ਆਏ, ਕਦੀ ਆਪਣੇ 'ਚ ਨਹੀਂ ਵੇਖੋਗੇ? ਚਲੋ ਮੇਰੇ ਭਰਾ ਬਣੋ, ਥੋੜ੍ਹਾ ਜਿਹਾ ਇਕਾਗਰਤਾ ਚੇਤਨਤਾ 'ਤੇ ਜ਼ੋਰ ਦਿਓ, ਕਦੀ ਆਪਣੇ ਆਪ ਨੂੰ ਨਹੀਂ ਵੇਖੋਗੇ? ਕੋਈ ਸ਼ੁਭ ਗੁਣ ਦਾ ਪੱਤਾ ਨਿਕਲਿਆ ਹੈ? ਕੋਈ ਮੇਰੀ ਬਿਰਤੀ 'ਚ ਚੇਂਜਿੰਗ ਆਈ? ਖਜ਼ਾਨਾ ਤਾਂ ਤੁਹਾਡੇ ਕੋਲ ਬੜਾ ਵੱਡਾ ਸੀ, ਇਹਨਾਂ ਦੂਸਰਿਆਂ ਦੀ ਤਾਂ ਗੱਲ ਛੱਡੋ, ਜਿਹੜੇ ਉਹ ਖਾ ਗਏ ਜੀ, ਸਿੱਖਾਂ ਨੂੰ ਖਾ ਗਏ, ਰਾਤ ਦਿਨ ਹੋਣ ਡਈ। ਅਤੇ ਗੁਰਦਾਸਪੁਰ 'ਚ ਨੁਕਸਾਨ ਕੀਤਾ ਵੀ ਬਹੁਤ ਆ, ਗੁਰਦਾਸਪੁਰ 'ਚ ਜ਼ਿਆਦਾ ਕੀਤਾ। ਆਖੋ ਵਾਹਿਗੁਰੂ। ਵਾਹਿਗੁਰੂ ਕੀ ਕਿਸੇ ਧਰਮ ਕੋਲ, ਕਿਸੇ ਮਜ਼ਹਬ ਕੋਲ ਇਹਦੇ ਬਰਾਬਰ ਬਾਣੀ ਹੈਗੀ? ਬਾਣੀਆਂ ਸਿਰ ਬਾਣੀ, ਬਾਣੀਆਂ ਮਤਲਬ ਬਾਣੀਆਂ ਦੀ ਸਿਰੇ ਦੀ ਬਾਣੀ ਤੁਹਾਡੇ ਕੋਲ ਹੋਵੇ, ਅਤੇ ਤੁਸੀਂ ਕਦੀ ਬਾਣੀ ਪੜ੍ਹਨ ਤੋਂ ਬਾਅਦ ਇਹ ਰੇ ਪਾਉਣ ਕੇ ਬੂਟੇ ਨੂੰ, ਰੇ ਖਾਦ, ਬਾਣੀ ਦੀ ਖਾਦ ਪਾ ਕੇ, ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਪਾ ਕੇ ਉਹਦੀਆਂ ਮੁੱਢਾਂ 'ਚ, ਅਤੇ ਕਦੀ ਧਿਆਨ ਹੀ ਨਾ ਦਿਓ ਵੀ ਕੁਛ ਗਰੋਥ ਨਵੀਂ ਨਿਕਲੀ, ਕੋਈ ਪੱਤਾ ਨਿਕਲਿਆ। ਕਈ ਜਨਮਾਂ ਤੋਂ ਮੈਂ ਨਿੰਦਕ ਸਾਂ, ਕਈ ਜਨਮਾਂ ਤੋਂ ਚੁਗਲ ਸਾਂ, ਅਜੇ ਤਾਂ ਪੱਤਾ ਤੁਰਿਆ ਹੀ ਨਹੀਂ। ਚੇਤਾ ਤਾਂ ਕਰਨਾ ਪੈਣਾ। ਵੇਖੋ ਜੇ ਤੁਸੀਂ ਇਸ ਤਰ੍ਹਾਂ ਦੇ ਸਮਾਗਮ ਕਰਾ ਕੇ ਆਪਣੇ ਆਪ ਨੂੰ ਸੈਟਿਸਫਾਈਡ ਕਰ ਲਓਗੇ ਤੇ ਫਿਰ ਤਾਂ ਨਹੀਂ ਜੇ ਹੋਣਾ ਕੌਮ ਦਾ ਭਲਾ, ਕੁਛ ਤਾਂ ਸੋਚਣਾ ਪੈਣਾ। ਬੂਟੇ ਨੂੰ ਰੋਜ਼ ਵੇਖੋ, ਕੀ ਮੈਂ ਨਿੰਦਾ ਛੱਡਦੀ? ਜਿੱਦਣ ਦਾ ਮੈਂ ਗੁਰੂ ਨਾਨਕ ਦੇ ਘਰ 'ਚ ਬੂਟਾ ਲਾਇਆ, ਇਸ ਬੂਟੇ ਨੂੰ ਹੁਣ ਕਿਤੇ ਇਹ ਨਿੰਦਾ ਦਾ ਕੀੜਾ ਤਾਂ ਨਹੀਂ ਲੱਗਾ? ਸੜਜੂਗਾ ਨਹੀਂ ਤੇ ਸੜਜੂਗਾ। ਆ ਮੇਰੇ ਘਰ ਮਸੰਮੀਆਂ ਦਾ ਬੂਟਾ ਸੀ, ਉਹਨੂੰ ਕੋਈ ਕੀੜੀ ਜੀ ਪੈਂਦੀ ਸੀ, ਸਾਰਾ ਝੜਕੇ ਪੱਕਣ ਤੋਂ ਬਿਨਾਂ ਡਿੱਗ ਪੈਂਦਾ ਸੀ। ਕੀ ਮੇਰਾ ਧਰਮ ਨਹੀਂ ਉਹ ਵੇਖਣਾ ਵੀ ਇਹਦੇ 'ਤੇ ਮੈਂ ਸਪਰੇ ਕਰਾਂ? ਆਖੋ ਵਾਹਿਗੁਰੂ। ਅਤੇ ਸਪਰੇ ਕੀ ਕਰਨੀ ਆ ਉਸ ਬੂਟੇ 'ਤੇ ਜਿਹਨੂੰ ਕੀੜਾ ਲੱਗ ਜਾਏ? ਜੋੜੇ ਝਾੜਨੇ ਸੰਗਤ ਦੇ, ਜੂਠੇ ਬਰਤਨ ਸਾਫ ਕਰਨੇ ਨੇ ਜਾ ਕੇ ਗੁਰਦੁਆਰੇ, ਝਾੜੂ ਮਾਰਨਾ ਗੁਰਦੁਆਰੇ। ਉਹ ਜਿਹੜਾ ਝਾੜੂ ਮਾਰ ਕੇ ਆਓਗੇ, ਜੂਠੇ ਬਰਤਨ ਸਾਫ ਕਰਕੇ ਆਓਗੇ, ਬੂਟੇ 'ਤੇ ਪਿਆ ਕੀੜਾ ਸਾਰੇ ਦਾ ਸਾਰਾ ਮਰ ਜੂਗਾ, ਤੁਹਾਡਾ ਬੂਟਾ ਤੁਰ ਪੂਗਾ। ਇਹ ਤਾਂ ਕਰਨਾ ਪੈਣਾ। ਵੇਖੋ ਅੱਜ ਦਾ ਦਿਨ ਜੋ ਦਿਨ ਆਵੇ ਸੋ ਦਿਨ ਜਾਈ, ਅੱਜ ਦਾ ਵੀ ਲੰਘ ਜਾਣਾ ਹੈ, ਕੱਲ੍ਹ ਦਾ ਵੀ ਲੰਘ ਜਾਣਾ ਹੈ, ਇਸ ਤਰ੍ਹਾਂ ਹੀ ਫਿਰ ਸਰਫੇ ਸਰਫੇ ਸਦਾ ਸਦਾ ਇਵੇਂ ਗਈ ਵਹਾਏ, ਇਸ ਤਰ੍ਹਾਂ ਹੀ ਲੰਘ ਜਾਣੀ ਆ।
ਕਦੀ ਸੋਚਿਆ ਜੇ ਠੰਡੇ ਦਿਲ ਨਾ ਮੈਂ ਕਿੱਦਣ ਦਾ ਬੂਟਾ ਮੈਨੂੰ ਅੰਮ੍ਰਿਤ ਛਕਣ ਤੁਹਾਨੂੰ ਕਿੰਨੇ ਹੋਏ 10 ਸਾਲ ਹੋ ਗਏ ਅਤੇ 10 ਸਾਲ ਦਾ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੁਲਵਾੜੀ 'ਚ ਅਨੰਦਪੁਰ ਸਾਹਿਬ ਬੂਟਾ ਲਾਇਆ ਕੋਈ ਪੱਤਾ ਨਵਾਂ ਨਿਕਲਿਆ ਕਦੀ ਮੇਰੇ ਵਿੱਚੋਂ ਖੁਸ਼ਬੋ ਆ ਗਈ ਨਾ ਕੋ ਵੈਰੀ ਸਗਲ ਸੰਗ ਕਬੀਰ ਸਭ ਤੇ ਹਮ ਬੁਰੇ ਇਹ ਪੱਤੇ ਨਿਕਲੇ ਨੇ ਕਦੀ ਇਹ ਪੱਤਾ ਨਿਕਲਿਆ ਫਰੀਦਾ ਬੁਰੇ ਦਾ ਆਖਿਆ ਅੰਦਰੋਂ ਖੁਸ਼ਬੋ ਆਈ ਜੇ ਨਹੀਂ ਆਈ 10 ਸਾਲ ਪਹਿਲੋਂ ਵੀ ਅੰਮ੍ਰਿਤ ਛਕਣ ਤੋਂ ਬਾਅਦ ਪਹਿਲੋਂ ਵੀ ਨਿੰਦਕ ਸਾਂ ਚੁਗਲ ਸਾਂ ਰਾਕਸ਼ਸ ਸਾਂ ਅੱਜ ਵੀ ਉਹੀ ਆ ਤੇ ਸਮਝ ਲਓ ਤੁਸੀਂ ਕਿਤੇ ਗਲਤ ਧਰਤੀ ਚ ਬੂਟਾ ਲਾਤਾ ਹੈ ਕਿਤੇ ਸੁਰਤ ਦਾ ਬੂਟਾ ਗਲਤ ਧਰਤੀ ਚ ਲੱਗਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੋਵੇ ਧਰਤੀ ਤੇ ਬੂਟਾ ਦਿਨੋਂ ਦਿਨ ਫੜੇ ਨਾ ਆਓ ਅਨੰਦਪੁਰ ਸਾਹਿਬ ਦੀ ਵੈਸੇ ਧਰਤੀ ਭੂਗੋਲਿਕ ਤੌਰ ਤੇ ਇਹ ਧਰਤੀ ਆ ਨਾ ਜਿਹੜੀ ਉਹਦੇ ਚ ਅੰਬ ਲਾ ਦਿਓ ਅਗਲੇ ਸਾਲ ਅੰਬ ਲੱਗਣੇ ਸ਼ੁਰੂ ਹੋ ਜਾਣੇ ਫਲਣਾ ਸ਼ੁਰੂ ਹੋ ਜਾਣਾ ਇੰਨਾ ਧਰਤੀ ਭੂਗੋਲਿਕ ਤੌਰ ਤੇ ਵੀ ਉਹ ਧਰਤੀ ਇੰਨੀ ਜ਼ੋਰ ਵਾਲੀ ਆ ਜਿਹੜੀ ਮੇਰੇ ਸਾਹਿਬ ਦੀ ਧਰਤੀ ਆ ਅੱਖ ਵਾਹਿਗੁਰੂ ਭਾਈ ਨੰਦ ਲਾਲ ਸਾਹਿਬ ਨੂੰ ਪੁੱਛਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਨੰਦ ਲਾਲ 4 ਦਿਨ ਹੋ ਗਏ ਨੇ ਤੇ 4ਵੇਂ ਦਿਨ ਤੂੰ ਅੱਜ ਮੇਰੇ ਮੱਥੇ ਲੱਗਣਾ ਹੈ ਆਖੋ ਵਾਹਿਗੁਰੂ ਤੇ ਪਹਿਲੇ ਦਿਨ ਹੀ ਡੰਗਿਆ ਗਿਆ ਵੀ ਇਹਨੂੰ ਕਿਤਨਾ ਪਤਾ ਹੈ ਇੰਨੀ ਸੰਗਤ ਚ ਆਉਂਦਿਆਂ ਵੀ ਮੈਨੂੰ 4 ਦਿਨ ਹੋ ਗਏ ਨੇ ਆਏ ਨੂੰ ਇਹਨੂੰ ਕਿਤਨਾ ਪਤਾ ਲੱਗ ਗਿਆ ਤੇ ਸੰਗਤਾਂ ਨੇ ਆਖਿਆ ਇਹ ਘੱਟ ਘੱਟ ਕੇ ਅੰਤਰ ਕੀ ਜਾਣਤ ਇਹ ਭਲੇ ਬੁਰੇ ਕੀ ਬਿਨ ਬੋਲਿਆ ਇਹਦੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਇਹ ਆਏ ਜਿੰਨੇ ਤੁਸੀਂ ਆਏ ਹੋ ਸਾਡੀ ਸਾਰਿਆਂ ਦੀ ਕੁੰਡਲੀ ਜਾਣਦਾ ਤੁਸੀਂ ਕੌਣ ਹੋ ਮੇਰੀ ਵੀ ਜਾਣਦਾ ਆ ਜਿਹੜਾ ਬੈਠਾ ਡਰਾਮਾ ਜਾਦੂਗਰਾਮ ਨੂੰ ਹੱਥ ਮਾਰ ਰਿਹਾ ਇਹ ਕਿੰਨੇ ਕੁ ਜੋਗਾ ਜਾਣਦਾ ਸਭ ਕੁਛ ਆਖੋ ਵਾਹਿਗੁਰੂ ਤੇ ਨੰਦ ਲਾਲ ਸਾਹਿਬ ਨੂੰ ਪੁੱਛਿਆ ਨੰਦ ਲਾਲ ਇੱਕ ਗੱਲ ਮੈਨੂੰ ਦੱਸ ਵੀ ਤੂੰ ਜਿੱਦਣ ਦਾ ਆਇਆ ਕੀ ਮਹਿਸੂਸ ਕੀਤਾ ਜੀ ਅਸੁਣਿਓ ਤੇ ਭਾਈ ਨੰਦ ਲਾਲ ਸਾਹਿਬ ਕਹਿੰਦੇ ਮੈਂ ਇਹ ਮਹਿਸੂਸ ਕੀਤਾ ਵੀ ਇਹ ਜਿਹੜੀਆਂ ਅਨੰਦਪੁਰ ਸਾਹਿਬ ਦੀਆਂ ਗਲੀਆਂ ਨੇ ਨਾ ਗਲੀਆਂ ਗਲੀਆਂ ਸਮਝਦੇ ਹੋ ਗਲੀਆਂ ਇਸ ਗਲੀ ਥਾਣੀ ਇੱਕ ਕੰਗਲਾ ਇੱਕ ਫਕੀਰ ਇੱਕ ਜਨਮਾਂ ਦਾ ਭੁੱਖਾ ਬੰਦਾ ਇਸ ਗਲੀ 'ਚ ਪੈਰ ਰੱਖ ਲਏ ਨਾ ਅਨੰਦਪੁਰ ਸਾਹਿਬ ਦੀ 'ਚ ਅਤੇ ਪਹਿਲਾ ਕਦਮ ਰੱਖਣ 'ਤੇ ਉਹ ਇਸ ਤਰ੍ਹਾਂ ਤੁਰਦਾ ਜੀ ਕੋਈ ਸ਼ਹਿਨਸ਼ਾਹ ਤੁਰਦੇ ਆ ਇੰਨਾ ਬਲ ਆ ਇਸ ਧਰਤੀ 'ਚ ਤੁਸੀਂ ਤੇ ਮੈਂ ਓਪਰੀ ਕਰਤੀ ਉਹ ਧਰਤੀ ਆਖੋ ਵਾਹਿਗੁਰੂ ਗੱਜ ਕੇ ਬੋਲੋ ਵਾਹਿਗੁਰੂ ਕਰਤੀ ਆ ਕਿ ਨਹੀਂ ਕਿੰਨੀ ਕੁ ਵਾਰ ਤੁਹਾਡੀਆਂ ਟਰਾਲੀਆਂ ਤੁਹਾਡੀਆਂ ਗੱਡੀਆਂ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ 'ਤੇ ਜਾਂਦੀਆਂ ਆਖੋ ਵਾਹਿਗੁਰੂ ਗੱਜ ਕੇ ਬੋਲੋ ਵਾਹਿਗੁਰੂ ਇਹ ਧਰਤੀ ਇੰਨੀ ਉਪਜਾਊ ਹੈ ਕੋਈ ਦੁਨੀਆ ਦਾ ਬੂਟਾ ਮਾਰਿਆ ਵੀ ਲਿਆ ਕੇ ਉਸ ਧਰਤੀ ਦੇ ਉੱਤੇ ਲਾ ਦਿਓ ਤੇ ਉਹ ਬੂਟਾ ਵੀ ਅਗਲੇ ਦਿਨ ਤੋਂ ਗਰੋਥ ਲੈਣੀ ਸ਼ੁਰੂ ਕਰ ਦਿੰਦਾ ਜਿੱਦਣ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਕੇ ਜਪਦਾ ਵਾਹਿਗੁਰੂ 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 ਤਗੜੇ ਹੋ ਵਾਹਿਗੁਰੂ 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 ਤੁਰੂਗਾ ਤੁਰੂਗਾ ਵਾਹਿਗੁਰੂ 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 ਜਿਉਂਦੀਆਂ ਰਹੋ ਮੇਰੀਆਂ ਧੀਆਂ ਵਾਹਿਗੁਰੂ 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 ਵਾਹਿ
ਸ੍ਰੀ ਵਾਹਿਗੁਰੂ। ਪੋਥੀ ਪ੍ਰਾਣ ਕਮਾਈਏ, ਪੋਥੀ ਤੇ ਪ੍ਰਾਣ ਦੀ ਕਮਾਈ ਕਰੀਏ, ਫਿਰ ਕੀ ਪੈ ਜਾਂਦਾ ਹੈ? ਦੀਵੇ ਦੇ ਵਿੱਚ ਤੇਲ ਪੈ ਗਿਆ, ਤੱਤ ਤੇਲ ਪੜਿਆ, ਤੱਤ ਫਿਰ ਬੋਲੋ, ਤੱਤ ਮੀਨਜ ਗਿਆਨ, ਗਿਆਨ ਤੱਤ ਦਾ ਪਤਾ ਲੱਗ ਜਾਊ, ਤੱਤ ਗਿਆਨ ਜਿਸ ਮਨ ਪ੍ਰਗਟਾਇਆ, ਪੜ੍ਹਦੇ ਹੋ ਤੱਤ ਦਾ ਦੀਵੇ ਦੇ ਵਿੱਚ ਤੇਲ ਪਾਇਆ, ਉਹਦੇ ਵਿੱਚ ਨਾਮ ਕੀ ਆ ਬਾਤੀ, ਨਾਮ ਦੀਪਕ ਦੀਵਾ, ਦੇਹ ਉਜਿਆਰਾ, ਸਰੀਰ ਨੂੰ ਕੀ ਬਣਾਇਆ? ਦੀਵਾ, ਇਹਦੇ ਵਿੱਚ ਤੇਲ ਕਾਹਦਾ ਪਾਇਆ? ਤੱਤ ਦਾ, ਤੱਤ ਗਿਆਨ ਦਾ। ਉਹਦੇ ਵਿੱਚ ਨਾਮ ਕੀ ਆ ਬਾਤੀ, ਜਗਨੀ ਕਿਤਰਾ। ਵੇਖੋ ਤੁਸੀਂ ਮੱਥਾ ਟੇਕ ਕੇ, ਫਿਰ ਪਤਾ ਨਹੀਂ ਮੈਨੂੰ ਲੋਕੀ ਕਹਿੰਦੇ ਹੋਣਗੇ ਵੀ ਤੂੰ ਇਹ ਕਿਉਂ ਮੱਥਾ ਮੈਂ ਕਹਿੰਦਾ ਟੇਕੋ, ਨੱਕ ਰਗੜੋ, ਗੁਰੂ ਦੇਵ ਦੇ ਨਮਸਕਾਰ ਕਰੋ, ਨਮਸਕਾਰ ਤੁਸੀਂ ਕਹੋ ਹਮਾਰੀ ਸਗਲ ਪ੍ਰਜਾ ਜਨ, ਨਮਸਕਾਰ ਕਰੋ ਗੁਰੂਦੇਵ ਨੂੰ, ਨਮਸਕਾਰ ਤਾਕੋ ਲੱਖ ਵਾਰ, ਇੱਕ ਵਾਰ ਕਿਉਂ? ਮਗਰ ਕੱਲਾ ਮੱਥਾ ਟੇਕਿਆਂ ਤੇ ਗੱਲ ਨਹੀਂ ਬਣਨੀ, ਆਖੋ ਵਾਹਿਗੁਰੂ। ਉੱਥੇ ਲਿਖਿਆ ਜੇ ਕੋ ਖਾਵੇ ਜੇ ਕੋ, ਉੱਥੇ ਤੇ ਕੁਝ ਹੋਰ ਵੀ ਕਿਹਾ, ਜਿੱਤ ਖਾਧੇ ਮਨ ਤ੍ਰਿਪਤੀਏ ਪਾਈਏ ਮੁੱਖ ਦੁਆਰ ਲਿਖਿਆ। ਮੇਰੇ ਸਾਹਿਬ ਜੀ ਕਹਿੰਦੇ ਤੱਤ ਤੇਲ ਨਾਮ ਕੀ ਆ ਬਾਤੀ, ਇਹਦੇ ਅੱਗੇ ਤੁਰੋ। ਹੁਣ ਮਹਾਰਾਜ ਕੀ ਕਰੀਏ, ਇਹਦੇ ਵੱਟੀ ਕਾਹਦੀ ਪਾਈਏ? ਭਉ ਵੱਟੀ ਇੱਤ ਤਨ ਪਾਈਏ, ਇਸ ਸਰੀਰ ਚ ਭੈਗ ਪੈਦਾ ਕਰੀਏ ਗੁਰੂ ਦਾ, ਇਹ ਵੱਟੀ ਪਾਈਏ। ਨਹੀਂ ਪਤਾ ਲੱਗਾ, ਸੁਸਤ ਹੋ ਗਏ ਹੋ? ਡਰਦੀ ਵੱਟੀ ਕਾਹਦੀ ਪਾਉਣੀ? ਪੋਥੀ ਪ੍ਰਾਣ ਕਮਾਈਏ, ਇਹਦੇ ਵਿੱਚ ਜੋ ਲਿਖਿਆ ਹੈ ਉਹਦੇ ਅਕੋਰਡਿੰਗ ਡਰਨਾ ਸ਼ੁਰੂ ਕਰੋ ਵੀ ਬਾਣੀ ਵਿੱਚ ਤੇ ਆਹ ਗੱਲ ਲਿਖੀ ਵੀ ਆਹ ਚੀਜ਼ ਸਿੱਖ ਨੇ ਕਰਨੀ ਨਹੀਂ, ਸਿੱਖ ਨੇ ਬੇਈਮਾਨੀ ਨਹੀਂ ਕਰਨੀ, ਸਿੱਖ ਨੇ ਕਿਸੇ ਦਾ ਪੈਸਾ ਨਹੀਂ ਖਾਣਾ। ਆਖੋ ਵਾਹਿਗੁਰੂ, ਵਾਹਿਗੁਰੂ। ਆਪ ਪੜ੍ਹੋ ਹੱਕ ਪਰਾਇਆ ਨਾਨਕਾ, ਇਹ ਤੁਹਾਡੇ ਲਈ ਲਿਖਿਆ ਜੇ, ਇਹ ਕੰਧਾਂ ਲਈ ਨਹੀਂ ਲਿਖਿਆ। ਸਿੱਖੋ ਬੀਬੀਓ, ਬੱਚਿਓ, ਭੈਣੋ, ਭਰਾਓ, ਗੁਰਸਿੱਖੋ, ਇਹ ਸ਼ਬਦ ਜਿਹੜੇ ਲਿਖੇ ਨੇ ਤੁਹਾਡੇ ਤੇ ਮੇਰੇ ਲਈ ਲਿਖੇ ਨੇ ਵੀ ਕਿਸੇ ਦਾ ਪੈਸਾ ਖਾਣਾ ਇਹ ਤਰ੍ਹਾਂ ਵਾ ਜੇ ਕੋਈ ਗਊ ਖਾਣੀ, ਜੇ ਕੋਈ ਸੂਅਰ ਖਾਣਾ, ਉਸ ਸੂਅਰ ਉਸ ਗਾਏ, ਉਹਦੇ ਲਈ ਸੂਰ ਆ ਮੁਸਲਮਾਨ ਲਈ, ਹਿੰਦੂ ਲਈ ਗਾਂ ਏ, ਏਡਾ ਵੱਡਾ ਪਾਪ ਆਏ ਕਿਸੇ ਦਾ ਪੈਸਾ ਖਾਣਾ। ਅੱਜ ਕੋਈ ਵੀ ਨਹੀਂ ਬਚਿਆ ਜਿਹੜਾ ਨੌਕਰੀ ਕਰਦਾ ਹੈ, ਆਖੋ ਵਾਹਿਗੁਰੂ। ਨੌਕਰੀ ਕਰਦਾ ਜਿਹੜਾ, ਉਹ ਕੀ ਸੋਚਦਾ ਹੈ ਰਾਤ ਨੂੰ ਦਿਹਾੜੀ ਬਣੇ, ਤੇ ਉਹ ਦਿਹਾੜੀ ਕੀ ਹੈ? ਤੇਰੀ ਕਮਾਈ ਤੇ ਮਹੀਨੇ ਬਾਅਦ ਤਨਖਾਹ ਹੈ, ਆਖੋ ਵਾਹਿਗੁਰੂ। ਜਿਹੜੀ ਤੇਰੀ ਕਮਾਈ ਹੈ ਨਾ, ਉਹ ਕੀ ਹੈ? ਮਹੀਨੇ ਬਾਅਦ ਤਨਖਾਹ ਹੈ। ਜਿਹੜੀ ਰੋਜ਼ ਜੇਬ ਚ ਪਾਉਣਾ ਹੈ, ਇਹ ਗਊ ਹੀ ਖਵਾ ਲਾ ਆਪਣੇ ਬੱਚਿਆਂ ਨੂੰ, ਆਖੋ ਵਾਹਿਗੁਰੂ। ਇੱਕ ਗਿਆਨੀ ਕਥਾ ਕਰਦਾ ਸੀ, ਇੱਕ ਮਿੰਟ ਲਈ ਟਿਕਿਓ। ਉਹ ਕਹਿੰਦਾ ਜਿਹੜੇ ਕਾਂ ਕਿੱਕਰ ਦੇ ਤੁਗਲੇ ਹੁੰਦੇ, ਤੁਗਲੇ ਕਹਿੰਦੇ ਉਹ ਕਿ ਤੁੰਗ, ਉਹ ਜਿਹੜੇ ਲੱਗੇ ਹੁੰਦੇ ਉਹਦੇ ਤੁਗਲੇ, ਤੁਗਲੇ ਕਹਿੰਦੇ ਉਹ, ਆਖੋ ਵਾਹਿਗੁਰੂ। ਇੱਕੋ ਹੀ ਆ ਅੰਮ੍ਰਿਤਸਰ ਤੇ ਤੁਸੀਂ ਤੇ ਮੈਂ, ਇੱਕੋ ਹੀ ਭਾਸ਼ਾ ਹੋ ਗਈ। ਤੁੱਕੇ ਵੀ ਕਹਿੰਦੇ ਪਰ ਜੋ ਕਿੱਕਰ ਨੂੰ ਚਮੜੇ ਹੁੰਦੇ, ਉਹਦੇ ਵਿੱਚ ਉਹਦਾ ਬੀਜ ਹੁੰਦਾ, ਆਖੋ ਵਾਹਿਗੁਰੂ। ਮਗਰ ਉਹਨੂੰ ਕੰਡੇ ਨਹੀਂ, ਕਿੱਕਰ ਨੂੰ ਜਿਹੜੇ ਤੁਗਲੇ ਲੱਗੇ ਆ ਨਾ, ਤੁਗਲੇ ਦੇ ਵਿੱਚ ਕੋਈ ਕੰਡਾ ਨਹੀਂ,
नोट जिहड़ा रिश्वत दा लिया उनु कोई दुख नहीं नाल चंबड़िया नहीं पता लगा। लक सीधा करो सचेत होके सुनो जरा जिहड़ा तुकला किकर नू लगा है उनु कोई कंडा नाल नहीं दिसदा चंगे ने इतना ही नोटा नू कोई दुख नहीं चंबड़िया नोट वेखण नू सोहणे लगदे जितना तुगले सोहणे लगदे इतना ही नोट वेखण नू सोहणे लगदे ते फड़ के जेब च पा ले ओ जिदन तेरे बच्चिया ने खाने आ ते ओ तुगला जदों धरती च बीजिए ते ओहदे विचों उगदी किकर ते किकर नू लगे हुंदे ने कंडे ए जिहड़े पैसे सजना अपनी लाल नू खवाउण लगा है ना जिदन औलाद दे मूंह च पैणे ने फिर पता लगना इनू किन्ने कंडे लगे आ किसे दा बच्चा तुहाडे महकमे दा अख वाहिगुरू। पहली गल ते औलाद आई ना 15 साल ना आई किते तरले पाउंदा रहा पता नहीं किहदे कोल गया किहदे कोल गया उहदे घर दो बच्चे जम्मे दोनों ही पागल ते मूंह दे विचों लाला वगदियां रहिंदियां केस गुंदे नहीं जांदे पटियाला रजिंद्रा होस्पिटल विच अजे तक दाखिल ने वह बच्चे सज्जना हुण रोंदा है भुब्बा मार मार के हे मेरे वाहिगुरू ए की हो गया किसे सज्जन ने आख्या सज्जना ए ओ हो गया तुके उग खलोते ने जिहड़ी रिश्वत लैके खांद ए तुसी वाहिगुरू कह के नहीं जसरना जे कोई तुहाडे विचों नौकरी करदा है जो तुहानू तनखाह मिलदी उहदे च गुजारा करो गुरु अगे अरदास करो ਇਹਦੇ ਵਿਚ ਹੀ ਬਰਕਤ ਪਾ ਦੇ ਸਤਿਗੁਰੂ ਜਿਹੜਾ ਮੈਂ 5000 ਰੁਪਇਆ ਲੈਣਾ ਹੈ ਮੇਰੇ ਬੱਚੇ ਵੀ ਰੱਜ ਜਾਣ ਮੇਰੇ ਬੱਚਿਆਂ ਦੇ ਸਾਰੇ ਕੰਮ ਵੀ ਹੋ ਜਾਣ ਇਹਦੇ ਅੱਗੇ ਅਰਦਾਸ ਕਰੋ ਨਾ ਸੱਚਮੁੱਚ ਹੀ 5000 ਚ ਸਾਰੇ ਕੰਮ ਹੋ ਜਾਣਗੇ ਵਾਹਿਗੁਰੂ ਜੇ ਨਹੀਂ ਹੋਣੇ ਤੇ ਭਾਵੇਂ 5 ਕਰੋੜ ਕਮਾਓ ਆਖੋ ਵਾਹਿਗੁਰੂ ਉੱਥੀ ਪ੍ਰਾਣ ਕਮਾਈਏ ਭਾਉ ਵੱਟੀ ਇੱਤ ਤਨ ਪਾਈਏ ਸੱਚ ਬੁੱਝਣ ਆਣ ਜਲਾਈਏ ਡਰ ਪੈਦਾ ਕਰੋ ਤੇ ਸੱਚ ਬੋਲੋ ਬਿਨ ਤੇਲ ਦੀਵਾ ਇਉਂ ਜਲੇ ਤੇਲ ਤੋਂ ਬਿਨਾਂ ਦੀਵੇ ਜਗਣਗੇ ਜਿੱਦਣ ਤੂੰ ਡਰ ਪੈਦਾ ਕਰੇਗਾ ਸੱਚ ਦੀ ਵੱਟੀ ਪਾਏਗਾ ਤੇ ਜਦੋਂ ਸੱਚ ਬੁੱਲ ਬੁੱਝ ਲੇਗਾ ਇਹਦੇ ਵਿੱਚੋਂ ਵੀ ਗੁਰਬਾਣੀ ਦਾ ਜਿਹੜਾ ਮੈਂ ਨਿਤਨੇਮ ਅੱਜ ਕੀਤਾ ਹੈ ਆਖੋ ਵਾਹਿਗੁਰੂ ਅੱਜ ਕੇ ਬੋਲੋ ਜਿਹੜਾ ਮਨ ਪੜਿਆ ਇਹ ਮਨ ਚੰਚਲਾ ਚਤਰਾਈ ਜਿਹੜਾ ਮੈਂ ਪੜਿਆ ਮੈਨੂੰ ਕੀ ਕਿਹਾ ਗੁਰੂ ਨੇ ਵੀ ਚੰਚਲਤਾ ਛੱਡ ਦੇ ਚੰਚਲਤਾ ਵਾਲਿਆਂ ਨੂੰ ਕਿਸੇ ਨੂੰ ਅੱਜ ਤੱਕ ਰੱਬ ਨਹੀਂ ਮਿਲਿਆ ਜਿੱਦਣ ਤੋਂ ਸੱਚ ਬੁੱਝਣ ਆਣ ਜਲਾਈਏ ਇਹ ਪੜਿਆ ਤੇ ਚਰਨਾਈਆਂ ਛੱਡਤੀਆਂ ਉਦਣ ਤੋਂ ਦੀਵਾ ਜਗਣਾ ਸ਼ੁਰੂ ਹੋ ਜਾਊ ਸਿੱਖਾ ਸਮਾਂ ਹੋ ਗਿਆ ਅੱਖ ਵਾਹਿਗੁਰੂ ਹੱਥ ਜੋੜ ਕੇ ਤੈਨੂੰ ਬੇਨਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਤੁਸਾਂ ਤੇ ਮੈਂ ਆਓ ਗੁਰਦਾਸਪੁਰ ਤੋਂ ਸ਼ੁਰੂਆਤ ਕਰ ਦੋ ਜੀਵਨ ਬਦਲੋ ਜੀਵਨ ਆਪਣੇ ਬਦਲੋ ਤੁਹਾਡੇ ਵੱਲ ਮੂੰਹ ਡਿੱਠੇ ਜਨ ਕੇ ਜੀਵੀਏ ਮੂੰਹ ਡਿੱਠੇ ਜਨ ਕੇ ਜੀਵੀਏ ਹਰ ਅਮਿਓ ਰਸਾਇਣ ਪੀਵੀਏ ਮੂੰਹ ਡਿੱਠੇ ਜਨ ਕੇ ਜੀਵੀਏ ਤੁਹਾਡੇ ਮੂੰਹ ਵੱਲ ਵੇਖੇ ਕੋਈ ਤੇ ਕਿਸੇ ਨੂੰ ਜੀਵਨ ਮਿਲ ਜਾਏ ਕੋਈ ਆਖੇ ਮੈਨੂੰ ਅੱਜ ਜੀਵਨ ਮਿਲ ਗਿਆ ਮੈਂ ਗੁਰੂ ਕੇ ਸਿੱਖ ਦੇ ਦਰਸ਼ਨ ਕੀਤੇ ਨੇ ਰੁਲੀਏ ਨਾ ਤੇ ਨਾ ਇਹ ਪੰਥ ਮੁੱਕਣਾ ਹੈ ਨਾ ਕਿਸੇ ਕੋਲ ਮੁੱਕਿਆ ਨਾ ਅੱਗੇ ਕਿਸੇ ਕੋਲ ਮੁੱਕਣਾ ਹੈ ਤੁਸੀਂ ਇਤਿਹਾਸ ਦੇ ਇੱਕ ਪਾਤਰ ਹੋ ਸੁਣ ਰਹੇ ਹੋ ਜੀ ਧਿਆਨ ਨਾਲ ਪਤਾ ਲੱਗ ਰਿਹਾ ਨਹੀਂ ਵੈਸੇ ਨਾ ਸਿਰ ਲਾਉਣਾ ਤੁਸੀਂ ਵੀ ਇਤਿਹਾਸ ਦੇ ਇੱਕ ਅੱਜ ਦੇ ਪਾਤਰ ਹੋ ਇਤਿਹਾਸ ਦੇ ਤੁਸੀਂ ਪੰਨੇ ਦੇ ਉੱਤੇ ਤੁਹਾਡਾ ਨਾਮ ਹੀ ਹੈਗਾ ਹੈ ਇੱਕ ਪਿੰਡ ਸੀ ਗੋਤ ਪੋਕਰ ਉਹਦੇ ਵਿੱਚ ਹਰਜੀਤ ਸਿੰਘ ਰਹਿੰਦਾ ਸੀ ਇੱਕ ਧਾਰੀਵਾਲ ਸੀ ਉਹਦੇ ਵਿੱਚ ਭਾਈ ਦਵਿੰਦਰ ਸਿੰਘ ਸਾਹਿਬ ਰਹਿੰਦੇ ਸੀ ਉਹ ਕੀਰਤਨ ਕਰਦੇ ਸੀ ਨਿਸ਼ਕਾਮ ਕਰਦੇ ਸੀ ਉਹ ਸੰਗਤਾਂ ਨੂੰ ਨਾਮ ਜਪਾਉਂਦੇ ਸੀ
ਇਹ ਸਭ ਕੁਛ ਇੱਕ ਇੱਕ ਪ੍ਰਾਣੀ ਦਾ ਲਿਖਿਆ ਜਾ ਰਿਹਾ ਹੈ। ਜੇ ਕੋਈ ਜ਼ਿਮੀਦਾਰ ਆ ਤੇ ਉਹਦੇ ਬਾਰੇ ਵੀ ਲਿਖਿਆ ਜਾ ਰਿਹਾ, ਇਹਨੇ ਮੱਝਾਂ ਰੱਖੀਆਂ ਸੀ, ਇਹ ਦੁੱਧ ਵੇਚਦਾ ਸੀ, ਦੁੱਧ ਵਿੱਚ ਪਾਣੀ ਪਾ ਦਿੰਦਾ ਸੀ। ਇੱਕ ਦਾ ਇਤਿਹਾਸ ਲਿਖਿਆ ਜਾ ਰਿਹਾ, ਉਹਨੇ ਮੱਝਾਂ ਰੱਖੀਆਂ ਸੀ, ਉਹ ਦੁੱਧ ਵੇਚਦਾ ਸੀ, ਭਾਜੀ ਉਹਦਾ ਦੁੱਧ ਬੜਾ ਪਿਓਰ ਸੀ, ਇਹ ਵੀ ਲਿਖਿਆ ਜਾ ਰਿਹਾ। ਇੱਕ ਇੱਕ ਪ੍ਰਾਣੀ ਦਾ ਦਿਨ ਦਾ ਇਤਿਹਾਸ ਪੰਨੇ ਦੇ ਉੱਤੇ ਲਿਖਿਆ ਜਾ ਰਿਹਾ। ਤੁਸੀਂ ਇਹ ਨਾ ਕਹਿਣਾ ਜੇ ਕੋਈ ਅਖੰਡ ਪਾਠੀ ਸਾਹਿਬ ਆ ਆਖੋ ਵਾਹਿਗੁਰੂ ਤੇ ਉਹ ਜੋ ਮਰਜ਼ੀ ਕਰੀ ਜਾਂਦਾ, ਲਿਖਿਆ ਕਿਤੇ ਨਹੀਂ ਜਾ ਰਿਹਾ। ਤੁਹਾਡੀ ਚੇਤਨਤਾ ਵਿੱਚ ਵੱਸ ਜਾਣਾ ਕੋਈ ਸ਼ਬਦ, ਫਲਾਣੇ ਪਿੰਡ ਦਾ ਅਖੰਡ ਪਾਠੀ ਸਾਹਿਬ ਸੀ, ਉਹ ਪਾਠ ਬੜਾ ਮਿੱਠਾ ਕਰਦਾ ਸੀ, ਉਹ ਵੀ ਲਿਖਿਆ ਗਿਆ। ਕਿਸੇ ਦੀ ਚੇਤਨਤਾ ਦੇ ਪੰਨੇ ਤੇ ਲਿਖਿਆ ਗਿਆ ਵੀ ਉਹ ਭਾਈ ਸਾਹਿਬ ਬੜੇ ਅਦਬ ਦੇ ਵਿੱਚ ਬਾਣੀ ਪੜ੍ਹਦੇ ਸੀ, ਬੜੇ ਅਦਬ ਚ ਐ ਹੱਥ ਮੂੰਹ ਧੋ ਕੇ ਸੁਚੇਤ ਹੋ ਕੇ ਬਾਣੀ ਸੁਣਾਉਂਦੇ ਸੀ, ਆਨੰਦ ਆ ਜਾਂਦਾ ਸੀ, ਇਹ ਵੀ ਇੱਕ ਲਿਖਿਆ ਗਿਆ। ਤੁਹਾਡਾ ਇੱਕ ਧੀ ਰਾਣੀ ਤਲਵਿੰਦਰ, ਇੱਕ ਨੌਂ ਦਾ ਵੀ ਇਤਿਹਾਸ ਲਿਖਿਆ ਜਾ ਰਿਹਾ। ਫਲਾਣੇ ਦੀ ਨੌਂ ਸੀ, ਉਹ ਬੜੀ ਨੇਕ ਸੀ, ਉਹ ਆਪਣੀ ਸੱਸ ਨੂੰ ਸਤਿਕਾਰ ਦਿੰਦੀ ਸੀ, ਆਪਣੇ ਸਹੁਰੇ ਨੂੰ ਸਤਿਕਾਰ ਦਿੰਦੀ ਸੀ। ਇੱਕ ਇੱਕ ਬੰਦੇ ਦਾ ਇੱਕ ਇੱਕ ਦਿਨ ਦਾ ਕੀ ਲਿਖਿਆ ਜਾ ਰਿਹਾ? ਤੁਸੀਂ ਇਹ ਨਾ ਕਹਿਣਾ ਵੀ ਇਤਿਹਾਸ ਭਾਈ ਮਤੀ ਦਾਸ ਦਾ ਹੀ ਲਿਖਿਆ ਗਿਆ, ਉਹ ਹੀਰੋ ਬਣ ਗਏ ਕਿਉਂਕਿ ਚਮਕ ਪਏ ਉਹਨਾਂ ਨੇ, ਉਹ ਕਰਕੇ ਵਿਖਾਲੀ ਜਿਹੜੀ ਅਸੀਂ ਨਹੀਂ ਵਿਖਾ ਰਹੇ। ਮਗਰ ਕਰਦਾਰ ਦਾ ਇੱਕ ਇੱਕ ਮਿੰਟ ਤੁਹਾਡਾ ਇਤਿਹਾਸ ਆ। ਆਖੋ ਵਾਹਿਗੁਰੂ। ਤੇ ਮੇਰੇ ਸਤਿਗੁਰੂ ਪਾਤਸ਼ਾਹ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਵੀ ਵੇਖੋ, ਤੁਹਾਡੇ ਅੰਦਰ ਦੀਵਾ ਜਗ ਸਕਦਾ ਏ, ਹੋਏ ਕਿਰਸਾਨ ਇਮਾਨ ਜਮਾਇ ਲੈ, ਤੂੰ ਜ਼ਿਮੀਦਾਰ ਬਣ ਇੱਥੇ, ਤੂੰ ਇਸ ਇਲਾਕੇ ਚ ਇੰਨਾ ਝੋਨਾ ਕੱਢਿਆ, ਆਖੋ ਵਾਹਿਗੁਰੂ, ਇੰਨਾ ਕਮਾਦ ਕੱਢਿਆ, ਇੰਨੀ ਕਣਕ ਕੱਢੀ, ਦੜੇ ਲਾ ਕੇ ਰੱਖ ਦੇ, ਤੂੰ ਮੇਰੇ ਨਾਲ ਅੱਜ ਦੇ ਦੀਵਾਨ ਵਿੱਚ ਇੱਕ ਗੱਲ ਸਾਂਝੀ ਕਰ। ਇਮਾਨ ਬੀਜਿਆ ਹੀ, ਪਤਾ ਨਹੀਂ ਗਾ ਇਮਾਨ ਦਾ, ਬੋਲੋ ਨਾ ਕਿਹਨੂੰ ਕਹਿੰਦੇ ਇਮਾਨ? ਹਾਂਜੀ ਬੋਲੋ। ਜ਼ਮੀਰ, 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 ਹਾਂਜੀ ਬੀਜਿਆ ਜੇ, ਕੋਈ ਚਾਰ ਮਣ ਪੱਕੇ ਹੈਗੇ ਘਰ ਚ ਪਏ, ਛੋਲੇ ਤੇ ਬੜੇ ਪਏ, ਬੋਰੀਆਂ ਦੀ ਬੋਰੀਆਂ ਭਰੀਆਂ ਪਈਆਂ, ਕਣਕ ਪਈ, ਢੇਰ ਮੰਡੀਆਂ ਲੱਗੀਆਂ, ਇੰਨੇ ਕਿਸਾਨਾਂ ਦੇ ਕੋਲ ਕਿਸੇ ਨੂੰ ਪੁੱਛ ਕੇ ਵੇਖੋ, ਜਿਹਦੀ ਸੀ ਉਹਨੇ ਡਟ ਕੇ ਆਖਿਆ ਸਰੀਰ ਮਰਨ ਦਾ ਮੈਨੂੰ ਕੋਈ ਫਿਕਰ ਨਹੀਂ, ਫਿਕਰ ਆ ਕਿਤੇ ਮੇਰੀ ਜ਼ਮੀਰ ਨਾ ਜਾਗ ਪਏ, ਜ਼ਮੀਰ ਨਾ ਮਰ ਜੇ ਮੇਰੀ। ਤੇ ਆਖਰੀ ਦਮ ਤੱਕ ਉਹ ਬੰਦਾ ਗੋਲੀਆਂ ਤੇ ਖਾ ਕੇ ਡਿੱਗਾ, ਮਗਰ ਉਹਦੀ ਜ਼ਮੀਰ ਨਹੀਂ ਮਰੀ। ਸਿੱਖਾ ਤੂੰ ਵੀ ਤੇ ਉਹਦਾ ਹੀ ਭਰਾ ਹੈ, ਉਹਦੇ ਪਿਓ ਦਾ ਨਾਮ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੀ, ਤੇਰੇ ਬਾਪ ਦਾ ਨਾਮ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਆ, ਉਹਦੇ ਕੋਲ ਵੀ ਪੰਜ ਕਕਾਰ ਸੀ, ਤੇਰੇ ਕੋਲ ਵੀ ਪੰਜ ਕਕਾਰ ਨੇ, ਉਹ ਵੀ ਉਹੋ ਹੀ ਨਿਤਨੇਮ ਕਰਦਾ ਸੀ ਪੰਜ ਬਾਣੀਆਂ ਦਾ ਜਿਹੜਾ ਤੂੰ ਕਰਦਾ ਹੈ, ਉਸੇ ਬਾਟੇ ਚੋਂ ਉਹਨੇ ਅੰਮ੍ਰਿਤ ਪੀਤਾ ਸੀ। ਫਿਰ ਇੰਨੇ ਬੂਟੇ ਥੋੜੇ ਗੁਰੂ ਗੋਬਿੰਦ ਸਿੰਘ ਦੇ ਖਰਾਬ ਹੋਣੇ ਨੇ, ਜਦੋਂ ਬੂਟਾ ਹੀ ਇੰਨੀ ਗਰੰਟੀ ਦਾ ਹੈ ਵੀ ਪੀਓ ਪੌਲ ਖੰਡੇ ਤਾਰ ਹੋਏ, ਜਨਮ ਸੁਖੀ ਕਰਨ ਵਾਲਾ ਬੂਟਾ ਹੈ ਜਿੱਥੋਂ ਤੂੰ ਅੰਮ੍ਰਿਤ ਦੀ ਦਾਤ ਲਈ ਆ, ਤੇ ਫਿਰ ਤੇਰੇ ਬੂਟੇ ਕਮਲਾਈ ਕਿਉਂ ਜਾਂਦੇ ਨੇ? ਅੱਜ ਕਿਉਂ ਤੈਨੂੰ ਡਰ ਪੈ ਗਿਆ ਸਾਨੂੰ ਕੋਈ ਸਾਈ ਬਣਾ ਲਓ? ਤੇਰੇ ਵੱਡੇ ਵਡੇਰੇ ਤੇ ਇਸ ਤਰ੍ਹਾਂ ਦਾ ਅੰਮ੍ਰਿਤ ਪੀਤਾ, ਤੇਰੇ ਹੀ ਵਾਲਾ ਪੀਤਾ, ਪੰਜਾਂ ਬਾਣੀਆਂ ਦਾ ਪੀਤਾ, ਖੋਪਰੀਆਂ ਲੱਥ ਗਈਆਂ, ਤੇ ਕੋਈ ਇਹ ਕਹਿੰਦਾ ਰਿਹਾ ਵੀ ਤੇਰੇ ਵਰਗਾ ਨੌਜਵਾਨ ਕੋਈ ਨਹੀਂ? ਭਾਈ ਤਾਰੂ ਸਾਨੂੰ ਕਿਹਾ ਆਖੋ ਵਾਹਿਗੁਰੂ, ਤੇਰੇ ਵਰਗਾ ਤੇ ਮੈਂ ਇੰਨਾ ਆਸ਼ਕ ਤੇਰੀ ਜਵਾਨੀ ਤੇ ਹੋ ਗਿਆ, ਮੈਂ ਆਪਣੀ ਧੀ ਦਾ ਡੋਲਾ ਦੇਣ ਨੂੰ ਤਿਆਰ ਹਾਂ, ਤਾਰੂ ਸਿੰਘਾ ਆਪਣੀ ਜਵਾਨੀ ਤੇ ਤਰਸ ਖਾ ਤੇ ਸਿੱਖੀ ਛੱਡ ਕੇ ਮੁਸਲਮਾਨ ਬਣ ਜਾ। ਬਣ ਗਿਆ ਸੀ, ਕਿਉਂ? ਕਮਾਈ ਕੀਤੀ ਸੀ, ਜ਼ਮੀਰ ਪੈਦਾ ਕੀਤੀ ਸੀ,
ਅੱਜ ਹੱਥ ਜੋੜ ਕੇ ਬੇਨਤੀ ਹੈ, ਕਥਾ ਸੁਣ ਕੇ ਚਲੇ ਨਾ ਜਾਇਓ, ਅੱਜ ਰਾਤ ਨੂੰ ਜਾਇਓ, ਜਾਓਗੇ ਜਦੋਂ ਘਰ ਨੂੰ ਇੱਕ ਵਾਰ 5 ਮਿੰਟ ਅੱਖਾਂ ਮੀਟ ਕੇ ਇਹ ਸਾਰੀ ਕਥਾ 'ਤੇ ਧਿਆਨ ਮਾਰਿਓ ਵੀ ਕੀ ਕਹਿੰਦਾ ਸੀ ਬਾਬਾ, ਕੀ ਕਹਿੰਦਾ ਸੀ ਭਾਈ ਪਰਮਜੀਤ ਸਿੰਘ, ਵੀ ਆਪਣੀ ਜ਼ਮੀਰ ਪੈਦਾ ਕਰੋ, ਆਪਣਾ ਕਿਰਦਾਰ ਪੈਦਾ ਕਰੋ। ਲੀਡਰਾਂ ਨੇ ਤੇ ਹੁਣ ਤੁਹਾਨੂੰ ਦਿੱਤਾ ਜੇ ਵੇਚ, ਆਖੋ ਵਾਹਿਗੁਰੂ, ਗੱਜ ਕੇ ਬੋਲੋ, ਕੀ ਕੀਤਾ? ਵੇਚਤਾ ਹੈ। ਉਹਨਾਂ ਨੇ ਤੇ ਐਸੇ ਖੂਹ ਚ ਸੁੱਟਤਾ ਜੇ ਜਿੱਥੋਂ ਤੁਸੀਂ ਨਿਕਲ ਨਹੀਂ ਸਕਦੇ। ਆਪਣੇ ਹੱਥੀ ਤੁਸੀਂ ਕੁਹਾੜੇ ਮਾਰੇ ਨੇ, ਆਪਣੇ ਹੱਥੀ ਉਹਨਾਂ ਲੋਕਾਂ ਨੂੰ ਚੁਗਿਆ, ਤੁਸੀਂ ਬਰਾਦਰੀਆਂ ਚ ਜਾਤਾਂ ਚ ਵੰਡੇ ਗਏ, ਅਗਲਿਆਂ ਨੇ ਤੁਹਾਡੇ ਉੱਤੇ 25-30-40 ਸਾਲ ਰਾਜ ਕੀਤਾ, ਨਾਲੇ ਤੁਹਾਡੀਆਂ ਪਰੰਪਰਾਵਾਂ ਰੋਲੀਆਂ, ਨਾਵੇਂ ਤੁਹਾਡੇ ਨੇਤਨੇਮ ਨੂੰ ਰੋਲਿਆ, ਨਾਲੇ ਸਾਧ ਖੜੇ ਕੀਤੇ, ਡੇਰਿਆਂ ਦੇ ਡੇਰੇ ਪੈਦਾ ਕਰਤੇ, ਇੱਕ ਸਿੱਖੀ ਦੇ ਨਿਰਾਲੇ ਰੂਪ ਨੂੰ ਖੋਰਾ ਲਾਉਣ ਲਈ। ਅੱਜ ਹੀ ਆ ਜਾਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਂਹ ਫੜ ਲਓ, ਤੁਹਾਨੂੰ ਹੱਥ ਜੋੜ ਕੇ ਬੇਨਤੀ ਆ, ਇੱਕ ਵਾਰ ਪੜ੍ਹੋ ਮੇਰੇ ਨਾਲ ਸਮਾਪਤੀ ਕਰੀਏ। ਸਗਲ ਦੁਆਰ ਕੋ ਛੱਡ ਕੇ, ਸਗਲ ਦੁਆਰ ਕੋ ਛੱਡ ਕੇ, ਸਗਲ ਗਹਿਓ ਤੁਹਾਰੋ ਦੁਆਰ, ਗਹਿਓ ਤੁਹਾਰੋ ਦੁਆਰ, ਗਹਿਓ ਵਹਿ ਗਏ ਕੀ ਲਾਜ ਆਸ, ਵਹਿ ਗਏ ਕੀ ਲਾਜ ਆਸ, ਵਹਿ ਪਾ ਤਰਲਾ ਤਰਲਾ ਪਾ, ਗੋਬਿੰਦ ਦਾਸ ਤੁਹਾਰ, ਗੋਬਿੰਦ ਦਾਸ ਤੁਹਾਰ, ਗੋਬਿੰਦ ਦਾਸ ਤੁਹਾਰ। ਇੱਥੋਂ ਪਠਾਨਕੋਟ ਤੋਂ ਤਾਂ ਥੋੜਾ ਜਿਹਾ ਹੋਇਓ, ਇੱਥੇ ਰਿਆਸਤਾਂ ਨੇ ਕਟੋਚ, ਇੱਥੇ ਬਿਜਵਾੜੀਆ, ਇਹ ਰਿਆਸਤਾਂ ਨੇ, ਇੱਥੋਂ ਦਾ ਰਾਜਾ ਸੀ ਦਿਆਲ ਚੰਦ, ਆਖੋ ਵਾਹਿਗੁਰੂ, ਤੇ ਅਲਫ ਖਾਂ ਪਠਾਨ ਲਾਹੌਰ ਤੋਂ ਚੜ ਕੇ ਆਇਆ ਇਹਨਾਂ ਪਹਾੜੀਆਂ ਦੇ ਉੱਤੇ। ਸੁਣ ਰਹੇ ਹੋ ਜੀ, ਟਿਕੇ ਹੋ ਕਿਹਨਾਂ ਦੇ ਉੱਤੇ? ਪਹਾੜੀਆਂ ਤੇ ਚੜ ਕੇ ਆਇਆ। ਕਿਹੜਾ ਨਾਂ ਸੀ ਉਹਦਾ? ਅਲਫ ਖਾਂ ਪਠਾਨ, ਔਰੰਗਜ਼ੇਬ ਦਾ। ਇਹਨੇ ਆਣ ਕੇ ਲੁੱਟਣ ਦੀ ਮਨਸਾ ਦੇ ਨਾਲ ਪਹਾੜੀਆਂ ਤੇ ਹਮਲਾ ਕੀਤਾ ਤੇ ਪਹਾੜੀਆਂ ਨੇ ਹਥਿਆਰ ਸੁੱਟਤੇ। ਕਿਹਨਾਂ ਨੇ? ਪਹਾੜੀਆਂ। ਬੋਲੋ ਕੀ ਕਰਤਾ? ਹਥਿਆਰ ਸੁੱਟਦੇ ਵੀ ਅਸੀਂ ਲੜ ਨਹੀਂ ਸਕਦੇ, ਫੌਜਾਂ ਵੇਖੀਆਂ ਡਰ ਗਏ। ਉਹਨੇ ਕਿਹਾ ਜਾਂ ਤਾਂ ਮੈਨੂੰ ਆਪਣਾ ਟੈਕਸ ਦੇ ਦਿਓ, ਘਰ ਦੇ ਦਿਓ, ਮਾਮਲਾ ਦੇ ਦਿਓ, ਨਹੀਂ ਤਾਂ ਮੈਂ ਤੁਹਾਡੀਆਂ ਰਿਆਸਤਾਂ ਲੁੱਟ ਲੈਣੀਆਂ। ਉਹਨਾਂ ਨੇ ਉਸੇ ਵੇਲੇ ਆਖਿਆ ਵੀ ਸਾਡੇ ਕੋਲ ਮਾਮਲਾ ਕਿੱਥੇ? ਮਾਮਲਾ ਤੇ ਭੀਮ ਚੰਦ ਕੋਲ ਆ, ਆਖੋ ਵਾਹਿਗੁਰੂ, ਤੇ ਭੀਮ ਚੰਦ ਨੂੰ ਅਸੀਂ ਦਿੰਦੇ ਹਾਂ? ਭੀਮ ਚੰਦ ਗਾਂ ਔਰੰਗਜ਼ੇਬ ਨੂੰ ਦਿੰਦਾ ਜਾਂ ਜਿੱਥੇ ਵੀ ਦਿੰਦਾ ਹੈ। ਉਸ ਵੇਲੇ ਭੀਮ ਚੰਦ ਜਦੋਂ ਇਹ ਵਾਰਤਾਲਾਪ ਹੁੰਦੇ ਸੀ, ਭੀਮ ਚੰਦ ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਚ ਬੈਠਾ ਸੀ। ਵੈਸੇ ਵਿਰੋਧਤਾ ਕਰਦਾ ਰਿਹਾ, ਮਗਰ ਉਧਰ ਮੂੰਹ ਮਿੱਠਾ ਹੋ ਕੇ ਮਹਾਰਾਜ ਦੇ ਚਰਨਾਂ ਚ ਬੈਠਾ ਸੀ। ਭੀਮ ਚੰਦ ਨੂੰ ਸੁਣਾ ਗਿਆ ਵੀ ਇਤਨਾ ਅਲਫਕਾਂ ਚੜ੍ਹ, ਪਤਾ ਲੱਗ ਰਿਹਾ ਜੀ ਅਲਫਕਾਂ ਚੜ੍ਹ ਕੇ ਆ ਗਿਆ ਤੇ ਕੀ ਮੰਗਦਾ ਹੈ? ਟੈਕਸ ਮੰਗਦਾ ਹੈ, ਪੈਸੇ ਮੰਗਦਾ ਹੈ। ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਅਲਫਕਾਂ ਪਠਾਨ ਨਾਲ ਤੇ ਰਾਜਿਆਂ ਦੇ ਨਾਲ ਮੈਂ ਇਕੱਲਾ ਨਹੀਂ ਲੜ ਸਕਦਾ, ਤੁਸੀਂ ਮੇਰੀ ਮਦਦ ਕਰੋ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਜੀ ਗਏ ਭੀਮ ਚੰਦ ਦੀ ਮਦਦ ਦੇ ਉੱਤੇ, ਜਿਹਨੂੰ ਕਹਿੰਦੇ ਨਦਾਉਣ ਦੀ ਜੰਗ।
ਸੁਣਿਆ ਜੇ ਕਦੀ ਬੋਲੋ, ਸੁਣਿਆ ਜੇ ਨਾ ਵੈਸੇ ਇਤਿਹਾਸ ਚ ਕੀ ਨਦਾਉਣ ਦੀ ਜੰਗ। ਇੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਗਏ ਤੇ ਦੂਰਬੀਨ ਰਾਹੀਂ ਪਹਾੜੀ ਰਾਜੇ ਸਾਰੇ ਤੇ ਅਲਫੰਗਾ ਕਹਿੰਦਾ ਵੀ ਆ ਚੋਲਿਆਂ ਵਾਲੇ ਕੌਣ ਫਿਰਦੇ ਨੇ, ਸੁਣਿਓ ਇਹ ਬਾਣਿਆਂ ਵਾਲੇ ਤੇ ਚੋਲਿਆਂ ਵਾਲੇ ਕੌਣ ਫਿਰਦੇ। ਤੇ ਕਿਸੇ ਨੇ ਲਾਗੋ ਕੰਨ ਚ ਕਹਿ ਤਾ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਨਹੀਂ ਆ ਗਏ ਉਹਨਾਂ ਦੀ ਮਦਦ ਤੇ, ਸੁਣਿਓ ਤੁਹਾਡੇ ਪਿਓ ਦੀਆਂ ਸਿਫਤਾਂ ਜੇ ਆਖੋ ਵਾਹਿਗੁਰੂ। ਵੱਡੇ ਕੀਆਂ ਵੱਡਿਆਈਆਂ ਕਿਛ ਕਹਿਣਾ, ਨਮੋ ਜੁਧ ਜੁਧੇ ਯੋਧਿਆਂ ਦੇ ਯੋਧੇ ਗੁਰੂ ਗੋਬਿੰਦ ਸਿੰਘ ਸਾਹਿਬ ਵੱਲ ਵੇਖ ਕੇ ਤੇ ਗੱਲਾਂ ਕਰਨ ਵੀ ਕਿਤੇ ਉਹ ਨੀ, ਕਿਸੇ ਨੇ ਆਖਿਆ ਆ ਗਏ ਨੇ ਹੁਣ ਅਲਫਕਾ ਦੇ ਦੌੜ ਗਿਆ, ਦੂਸਰੇ ਰਾਜੇ ਦੌੜ ਗਏ। ਦਿਆਲ ਚੰਦ ਰਾਜਾ ਤੀਰ ਕਮਾਨ ਦਾ ਬੜਾ ਧਨੀ ਸੀ, ਮੈਂ ਜੋ ਕਹਿਣ ਲੱਗਾ ਬਸ, ਤੀਰ ਕਮਾਨ ਦਾ ਬੜਾ ਧਨੀ ਸੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਵੇਖ ਕੇ ਕਹਿੰਦਾ ਤੀਰ ਚਲਾਓ ਜੀ। ਮਹਾਰਾਜ ਪਾਤਸ਼ਾਹ ਕਹਿੰਦੇ ਨਾ ਤੂੰ ਚਲਾ। ਇੱਕ ਤੀਰ, ਦੋ ਤੀਰ, ਤਿੰਨ ਤੀਰ, ਚੌਥਾ ਵੀ ਦੇਤਾ ਵਾਰ ਵੀ ਤੂੰ ਚਾਰ ਵਾਰ ਕਰ ਲਾ। ਚਾਰੇ ਵਾਰ ਜਦੋਂ ਵਿਅਰਥ ਚਲੇ ਗਏ ਉਹ ਮੈਂ ਕਹਿਣਾ ਸੀ ਤੁਹਾਨੂੰ। ਉੱਥੇ ਸਾਹਿਬ ਨੇ ਤੰਦੀ ਤੇ ਤੀਰ ਚਾੜਿਆ ਤੇ ਇੱਕ ਕਵੈਂਟਲ ਦਾ ਟੰਗ ਸੀ ਉਹਨਾਂ ਦਾ ਜਿਹੜਾ ਇਤਨਾ ਖਿੱਚ ਕੇ ਨੀ ਬੰਨੀ ਦੀ ਕਮਾਨ, ਇਤਨਾ ਖਿੱਚ ਕੇ ਤੇ ਉਹਨੂੰ ਬੰਨੀ ਦੀ ਇੱਕ ਕਵੈਂਟਲ ਲਿਖਿਆ ਹੈ ਵੀ ਉਹਨੇ ਭਾਰ ਨਾਲ ਬੱਧੀ ਸੀ ਮਹਾਰਾਜ ਦੀ ਕਮਾਨ। ਜਿੱਥੇ ਮਹਾਰਾਜ ਨੇ ਤੀਰ ਚਾੜਿਆ ਤੇ ਉੱਥੇ ਜੋ ਆਖਿਆ ਮੈਂ ਉਹੀ ਸਿਰਫ ਕਹਿਣ ਨੂੰ ਇਹ ਸਮਾਂ ਲਿਆ, ਆਖਿਆ ਤਗੜਾ ਹੋ ਜਾ ਦਿਆਲ ਚੰਦ, ਗੋਬਿੰਦ ਦੇ ਦਾਸ ਦਾ ਤੀਰ ਆਉਣ ਲੱਗਾ। ਗੋਬਿੰਦ ਦਾ ਨਹੀਂ, ਗੋਬਿੰਦ ਦਾਸ ਤਿਉਹਾਰ ਅਰਥ ਹੋ ਗਿਆ ਸਪਸ਼ਟ, ਅੱਜ ਹੋਇਆ ਆਖੋ ਵਾਹਿਗੁਰੂ। ਗੋਬਿੰਦ ਦਾ ਨਹੀਂ ਬੋਲੋ ਜੀ, ਗੋਬਿੰਦ ਦੇ, ਗੋਬਿੰਦ ਨਾਮ ਪਰਮੇਸ਼ਰ ਦਾ ਹੈ। ਤਗੜਾ ਹੋ ਦਿਆਲ ਚੰਦ, ਗੋਬਿੰਦ ਦੇ ਦਾਸ ਦਾ ਤੀਰ ਆਇਆ ਹੀ, ਹੰਕਾਰ ਨਹੀਂ ਕੀਤਾ ਦਾਸ ਕਹਿ ਕੇ, ਬਾਏ ਗਏ ਕੀ ਗੋਬਿੰਦ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਇਸ ਅਕਾਲ ਪੁਰਖ ਨੂੰ ਕਹਿੰਦੇ ਮੈਂ ਸਾਰੇ ਦੁਆਰੇ ਛੱਡ ਕੇ ਤੇਰੇ ਦੁਆਰੇ ਆ ਗਿਆ ਹੀ ਤੇ ਹੁਣ ਮੇਰੀ ਬਾਂਹ ਫੜੇ ਦੀ ਲਾਜ ਰੱਖੀ ਗੋਬਿੰਦ ਦਾਸ, ਮੈਂ ਤੇਰਾ ਦਾਸ ਹਾਂ। ਇੱਕ ਤੀਰ ਮਾਰਿਆ ਸਤਿਗੁਰੂ ਗਰੀਬ ਨਿਵਾਜ ਨੇ, ਇੱਥੋਂ ਛਾਤੀ ਚੋਂ ਦੀ ਲੰਘਦਾ ਹੋਇਆ ਪਾਰ ਹੋ ਗਿਆ, ਦਿਆਲ ਚੰਦ ਡਿੱਗਾ, ਸਾਰੀਆਂ ਫੌਜਾਂ ਭੱਜ ਗਈਆਂ। ਜਦੋਂ ਕੋਈ ਗੋਬਿੰਦ ਦਾ ਦਾਸ ਬਣਦਾ ਹੈ, ਤੁਸੀਂ ਗੋਬਿੰਦ ਦੇ ਦਾਸ ਬਣੋ। ਇੱਕ ਵਾਰ ਤਰਲਾ ਪਾਓ, ਗੋਬਿੰਦ ਦਾਸ ਤੁਹਾਰ, ਗੋਬਿੰਦ ਦਾਸ ਤੁਹਾਰ, ਗੋਬਿੰਦ ਦਾਸ ਤੁਹਾਰ, ਗੋਬਿੰਦ ਦਾਸ ਤੁਹਾਰ, ਵਹਿ ਗਏ ਕੀ ਲਾਜ ਆਸ, ਵਹਿ ਗਏ ਕੀ ਲਾਜ ਆਸ, ਵਹਿ ਕੱਲ ਨੂੰ ਵੱਡੀ ਗਿਣਤੀ ਚ ਆਇਓ, ਹੋਰਨਾਂ ਨੂੰ ਪ੍ਰੇਰ ਕੇ ਲਿਆਇਓ। ਇੱਕ ਦੀਵਾਨ ਹੋਰ ਹੈ 31 ਤਰੀਕ ਦਾ ਤੁਹਾਡੇ ਇਲਾਕੇ ਚ ਹੋਰ ਦੀਵਾਨ ਹੈ, ਮਾਨ ਸਿੰਘ ਝੌਰ ਦੇ ਪਿੰਡ ਦਿਨੇ ਹੈ, ਟਾਈਮ 12 ਤੋਂ 1 ਦਸ ਦਾ, ਆਖੋ ਵਾਹਿਗੁਰੂ। ਉੱਥੇ ਵੀ ਹਾਜ਼ਰੀਆਂ ਭਰਿਓ। ਕੱਲ ਨੂੰ ਤੇ ਲਿਆਓਗੇ ਇੱਕ ਇੱਕ ਪੁਰਾਣੀ, ਆ ਨਹੀਂ ਜੇ ਲੈਣੇ ਮੈਂ, ਤੁਸੀਂ ਦੱਸੋ। ਹਾਂ ਠੀਕ ਆ, ਪਾਸ ਹੋ ਗਿਆ, ਗੁਰੂ ਕਾ ਸਿੱਖ ਕਹਿੰਦਾ ਲਿਆਵਾਂਗੇ। ਤੁਸੀਂ ਸਾਰੇ ਉਦਮ ਕਰਿਓ, ਇੱਕ ਇੱਕ ਦੋ ਦੋ ਨੂੰ ਪ੍ਰੇਰ ਕੇ ਲਿਆਓ। ਕੌਮ ਦੀ ਸੁਧਰਨੀ ਤਾਂ ਹੈ ਜਦੋਂ ਸ਼ਬਦ ਸੁਣ ਕੇ ਸ਼ਬਦ ਨੂੰ ਵਿਚਾਰਨਾ ਸ਼ੁਰੂ ਕਰੋਗੇ, ਵਿਚਾਰ ਕਰੋ ਗੁਰਬਾਣੀ ਦਾ, ਆਖੋ ਵਾਹਿਗੁਰੂ। ਤੁਸੀਂ ਵੀ ਲਿਆਓਗੀਆਂ,
ਠੀਕ ਆ, ਤੂੰ ਨਹੀਂ ਕੀਤਾ, ਹੱਥ ਖੜਾ ਕਰੋ ਤੇ ਆਖੋ ਲਿਆਵਾਂਗੇ ਪ੍ਰੇਰ ਕੇ। ਕੋਈ ਜਨ ਹਰਸਿਓ ਦੇਵੇ ਚਰਨ ਗਹੂੰ ਬੱਕੂ ਸ਼ੁਕਰ ਸਨਾ ਦੀਜੇ ਪ੍ਰਾਣ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ। ਆਪ ਅਣ ਕੇ ਸੰਗਤ ਚ ਬਵੇ, ਵਾਹਿਗੁਰੂ ਜਪੇ ਤੇ ਕਿਸੇ ਹੋਰ ਨੂੰ ਵੀ ਪ੍ਰੇਰ ਕੇ ਲੈ ਆਵੇ, ਜਪਾ ਦੇਵੇ। ਮੇਰਾ ਗੁਰੂ ਰਾਮਦਾਸ ਕਹਿੰਦਾ ਮੈਂ ਉਹਦੀ ਚਰਨ ਧੂੜ ਮੰਗਦਾ, ਭੁੱਲਾ ਨਾ ਚਿਤਾਰਿਓ, ਅਸੀਸ ਬਖਸ਼ੋ। ਅੰਮ੍ਰਿਤ ਛਕਣਾ ਬੜਾ ਜ਼ਰੂਰੀ ਹੈ। ਗੁਰੂ ਕੇ ਸਿੱਖ ਨੇ ਕਿਸੇ ਕਬਰ ਤੇ ਮੱਥਾ ਨਹੀਂ ਟੇਕਣਾ। ਕੀ ਕਿਹਾ? ਕਬਰ ਤੇ ਮੱਥਾ ਨਹੀਂ ਟੇਕਣਾ। ਉਹ ਮੈਨੂੰ ਕੱਲ ਕਹਿੰਦੇ ਸੀ ਬੀਬੀ ਸੁੰਦਰੀ ਦੇ ਗੁਰਦੁਆਰੇ, ਮੈਂ ਜਦੋਂ ਆਖਿਆ ਕੋਈ ਕਬਰ ਤੇ ਮੱਥਾ ਟੇਕਦਾ ਤੇ ਨਹੀਂ, ਤੇ ਵਿੱਚੋਂ ਪਿੱਛੋਂ ਆਵਾਜ਼ ਦਿੱਤੀ ਕਿਸੇ ਗੁਰੂ ਕੇ ਸਿੱਖ ਨੇ 92%। ਮੈਂ ਕਿਹਾ ਕਮਾਲ ਹੋ ਗਈ, ਹੋਵੇ ਮਾਝੇ ਦੇ ਬੰਦੇ ਸੂਰਮੇ ਜਿਨ੍ਹਾਂ ਦੀ ਤੁਹਾਡੀ ਤਕੜ ਐਸ 84 ਤੋਂ ਬਾਅਦ ਵੀ ਵੇਖ ਕੇ ਅੱਜ ਤੱਕ ਉਹਦੀ ਕੌੜੀ ਆਖਿਆ ਤੁਹਾਡੇ ਤੇ ਵੀ ਇੱਥੇ ਸੂਰਮੇ ਪੈਦਾ ਹੁੰਦੇ ਇਸ ਇਲਾਕੇ ਦੇ ਵਿੱਚ। ਤੁਹਾਡੇ ਇਲਾਕੇ ਦੇ ਵਿੱਚ ਲੋਕੀ ਜੇ ਕਬਰਾਂ ਨੂੰ ਮੱਥਾ ਟੇਕਣਗੇ ਕਿੱਧਰ ਜਾਵਾਂਗੇ? ਕਿਸੇ ਕਬਰ ਤੇ ਮੱਥਾ ਨਹੀਂ ਟੇਕਣਾ, ਕਿਸੇ ਪਿੱਪਲ ਨੂੰ ਮੱਥਾ ਨਹੀਂ ਟੇਕਣਾ, ਕਿਤੇ ਉਹ ਧਾਗਾ ਲੈ ਕੇ ਨਹੀਂ ਪਾਉਣਾ, ਕਿਸੇ ਉਹ ਇਲਾਚੀ ਲੈ ਕੇ ਨਹੀਂ ਖਾਣੀ, ਕੇਵਲ ਤੇ ਕੇਵਲ ਖਾਣਾ ਹੈ ਰਜ ਰਜ ਭੋਜਨ ਖਾਓ ਮੇਰੇ ਭਾਈ, 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 ਹਰ ਨਾਮ ਭੋਜਨ ਖਾਇਆ, ਹਰ ਨਾਮ ਭੋਜਨ ਖਾਇਆ, ਹਰ ਕਿਰਪਾ ਕਰੇ ਤਿਰੁੱਤ ਪਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਭੁੱਲਾ ਨਾ ਚਿਤਾਰਿਓ ਜੀ, ਅਸੀਸ ਬਖਸ਼ੋ। ਕੱਲ ਨੂੰ ਸਮੇਂ ਸਿਰ ਫਿਰ ਆਇਓ, 8 ਤੋਂ 9 ਵਜੇ ਤੱਕ ਆਪ ਜੀ ਦੇ ਜੋੜੇ ਚਾੜੂੰਗਾ ਜੀ। ਵਾਹਿਗੁਰੂ ਜੀ ਕਾ ਖਾਲਸਾ।